ओके स्टूडेंट्स ਅੱਜ ਆਪਾਂ ਆਪਣੇ ਅਗਲੇ ਦੋ ਐਸੇ ਕਰਾਂਗੇ ਇੱਕ ਤਾਂ ਹੈ ਟੂ ਜੈਂਟਲਮੈਨ ਆਫ ਵਿਰੋਨਾ ਤੇ ਇੱਕ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਉਹਦਾ ਰੀਜ਼ਨ ਇਹ ਹੈ ਕਿ ਮੇਰੇ ਕੋਲ ਸਿਰਫ ਇੱਕੋ ਹੀ ਨੋਟਸ ਹੈ ਜਿਸ ਦੇ ਵਿੱਚ ਇਹਨਾਂ ਦੇ ਕੁਐਸਚਨ ਆਨਸਰਸ ਹੈ ਜਿਹੜੇ ਹੋਰ ਆਪਾਂ ਨੂੰ ਬਾਅਦ ਦੇ ਵਿੱਚ ਨੋਟਸ ਆਏ ਸੀ ਜਿਹੜੇ ਆਪਾਂ ਰੋਜ਼ ਕਰਦੇ ਆਂ ਕਈਆਂ ਦੇ ਵਿੱਚ ਆਪਾਂ ਤਿੰਨ-ਤਿੰਨ ਵੀ ਕੀਤੇ ਆਂ ਕਈਆਂ 'ਚ ਆਪਾਂ ਦੋ ਵੀ ਕੀਤੇ ਜਿਵੇਂ ਕੱਲ ਆਪਾਂ ਦੋ ਨੋਟਸ ਠੀਕ ਕਰਿਆ ਸੀ ਤਾਂ ਦੂਸਰੇ ਨੋਟਸ ਜਾਂ ਤੀਸਰੇ ਵਾਲੇ ਨੋਟਸ ਦੇ ਵਿੱਚ ਇਹ ਦੋਨੇ ਚੈਪਟਰ ਨਹੀਂ ਹੈਗੇ ਇਸੇ ਚੈਪਟਰ ਦੇ ਵਿੱਚ ਹੀ ਹੈ ਇਸੇ ਨੋਟਸ ਦੇ ਵਿੱਚ ਇਹ ਦੋ ਚੈਪਟਰ ਹੈ ਤਾਂ ਆ ਤ ਸਾਡਾ ਪਹਿਲਾ ਜਿਹੜਾ ਚੈਪਟਰ ਹੈ ਬੇਟਾ ਉਹ ਹੈ ਟੂ ਜੈਂਟਲਮੈਨ ਆਫ ਵਿਰੋਨਾ ਇਹ ਅਸੀਂ ਬੇਟਾ ਚੈਪਟਰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਹੈ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਲਾਸ ਦੇ ਵਿੱਚ ਨਰੇਟ ਕਰਵਾਇਆ ਹੈ ਇਸ ਦੇ ਸਾਰੇ ਕੁਐਸਚਨ ਆਨਸਰ ਸ਼ਾਰਟ ਆਨਸਰ ਟਾਈਪ ਜਾਂ ਲੌਂਗ ਆਨਸਰ ਟਾਈਪ ਜਾਂ ਥੀਮ ਹੈ ਜਿਹੜਾ ਇਸ ਦਾ ਮੇਨ ਉਹ ਆਪਾਂ ਕਾਪੀਸ ਤੇ ਨੋਟ ਕੀਤਾ ਹੋਇਆ ਹੈ ਕੁਝ ਬੱਚਿਆਂ ਨੇ ਮੈਨੂੰ ਇਸ ਦੇ ਟੈਸਟ ਵੀ ਦੇ ਰੱਖੇ ਤਾਂ ਆਪਾਂ ਇਸ ਦੇ ਆਬਜੈਕਟਿਵ ਟਾਈਪ ਕੁਐਸਚਨ ਕਰਦੇ ਹਾਂ ਦੇਖੋ ਪਹਿਲਾ ਕੁਐਸਚਨ ਹੈ ਕਿ ਨੀਮ ਦਾ ਰਾਈਟਰ ਆਫ ਟੂ ਜੈਂਟਲਮੈਨ ਆਫ ਵਿਰੋਨਾ ਮੈਂ ਤੁਹਾਨੂੰ ਬੇਟਾ ਹਮੇਸ਼ਾ ਕਿਹਾ ਸੀਗਾ ਕਲਾਸ 'ਚ ਵੀ ਕਿਹਾ ਸੀਗਾ ਕਿ ਕੋਈ ਨਾ ਕੋਈ ਚੈਪਟਰ ਦਾ ਰਾਈਟਰ ਜਾਂ ਪੋਇਮ ਦਾ ਪੋਇਟ ਜ਼ਰੂਰ ਆਏਗਾ ਤਾਂ ਤੁਸੀਂ ਸਾਰੇ ਦੇ ਸਾਰੇ ਚੈਪਟਰਸ ਦੇ ਜਿਹੜੇ ਰਾਈਟਰਸ ਐ ਪੋਇਮਸ ਦੇ ਜਿਹੜੇ ਪੋਇਟਸ ਐ ਉਹਨਾਂ ਨੂੰ ਇੱਕ ਵਾਰੀ ਲਿਖ ਕੇ ਦੇਖ ਲੈਣਾ ਤੁਹਾਨੂੰ ਪਤਾ ਨਾ ਮੈਂ ਹਰ ਇੱਕ ਚੈਪਟਰ ਦਾ ਵੱਡਾ ਕੁਐਸਚਨ ਤੁਹਾਨੂੰ ਕਰਵਾਇਆ ਹ ਉਹਦੀ ਪਹਿਲੀ ਲਾਈਨ ਜਿਵੇਂ ਇਸ ਚੈਪਟਰ ਦਾ ਜਿਹੜਾ ਥੀਮ ਐ ਉਸਦੀ ਪਹਿਲੀ ਲਾਈਨ ਐ ਕੀ ਟੂ ਜੈਂਟਲਮੈਨ ਓ ਵਿਰੋਨਾ ਇਜ਼ ਰਿਟਨ ਬਾਈ ਏ ਜੇ ਕਰੋਨੀ ਤਾਂ ਇਹ ਵਾਲੀ ਜਿਹੜੀ ਲਾਈਨ ਹੈ ਬੇਟਾ ਤੁਸੀਂ ਇਸੇ ਤਰ੍ਹਾਂ ਬਾਕੀ ਸਾਰੇ ਚੈਪਟਰਸ ਦੀ ਜਿਹੜੀ ਪਹਿਲੀ ਲਾਈਨ ਹੈ ਵੱਡੇ ਕੁਐਸਚਨ ਦੀ ਉਹ ਤੁਸੀਂ ਲਿਖ ਕੇ ਦੇਖ ਲੈਣੇ ਸਿਰਫ ਇੱਕੀ ਲਾਈਨ ਹੀ ਲਿਖ ਕੇ ਦੇਖ ਲਓ ਤਾਂ ਇਹ ਕਿੰਨੇ ਚੈਪਟਰਸ ਆ ਆਪਣੇ ਮੈਂ ਆਈ ਥਿੰਕ 20 22 ਚੈਪਟਰਸ ਜ਼ਿਆਦਾ ਨਹੀਂ ਤਾਂ ਵੀ ਬਾਈ ਲਾਈਨਾਂ ਹੀ ਹੋਈਆਂ ਤਾਂ ਦੋ ਤਿੰਨ ਵਾਰੀ ਤੁਸੀਂ ਬੇਟਾ ਰੋਜ਼ ਇੱਕ ਵਾਰੀ ਜਿਵੇਂ ਅੱਜ ਦੇਖ ਲਓ ਲਿਖ ਕੇ ਇੱਕ ਵਾਰੀ ਕੱਲ ਨੂੰ ਇੱਕ ਵਾਰੀ ਪਰਸੋਂ ਤਾਂ ਐਵੇਂ ਜਦੋਂ ਤੁਸੀਂ ਲਿਖ ਕੇ ਦੇਖੋਗੇ ਸਾਰੇ ਯਾਦ ਹੋ ਜਾਣਗੇ ਤਾਂ ਇਹਦੀ ਪ੍ਰੈਕਟਿਸ ਜ਼ਰੂਰ ਕਰਨੀ ਤਾਂ ਸਾਨੂੰ ਪਤਾ ਹੈ ਕਿ ਟੂ ਜੈਂ ਜਦੋਂ ਵੀ ਤੁਸੀਂ ਰਾਈਟਰ ਦੇ ਸਪੈਲਿੰਗ ਪਾਣੇ ਆ ਬੇਟਾ ਤਾਂ ਤੁਸੀਂ ਕੈਪੀਟਲ ਤੇ ਸਮਾਲ ਲੈਟਰ ਦਾ ਖਿਆਲ ਕਰਨਾ ਹੈ ਕਰਨਾ ਹੈ ਸੈਕਿੰਡ ਐਜੀ ਕਿ ਵੇਅ ਡਿਡ ਦਾ ਨਰੇਟਰ ਐਂਡ ਹਿਸ ਫਰੈਂਡ ਡਰਾਈਵ ਥਰੂ ਚੈਪਟਰ ਜਦੋਂ ਵੀ ਬੇਟਾ ਸ਼ੁਰੂ ਹੁੰਦਾ ਹੈ ਤਾਂ ਇਹ ਦੋਨੇ ਕਾਰ ਦੇ ਵਿੱਚ ਜਾ ਰਹੇ ਹੁੰਦੇ ਨੇ ਇੱਥੇ ਲਿਖਿਆ ਹੋਣਾ ਡਰਾਈਵ ਥਰੂ ਡਰਾਈਵ ਥਰੂ ਤਾਂ ਡਰਾਈਵ ਥਰੂ ਦਾ ਮਤਲਬ ਉਹ ਕਾਰ ਦੇ ਵਿੱਚ ਜਾ ਰਹੇ ਹੈ ਤੇ ਨਰੇਟਰ ਤੇ ਉਸ ਦਾ ਫਰੈਂਡ ਫਰੈਂਡ ਜੋ ਹੈ ਨਿਊਜੀ ਜੋ ਕਿ ਤੁਸੀਂ ਸਾਰੇ ਪ੍ਰੀ ਬੋਰਡ ਵਾਲੇ ਕੁਐਸਚਨ ਦੇ ਵਿੱਚ ਗਲਤ ਕਰਕੇ ਆਏ ਯਾਦ ਕਰੋ ਇਹ ਕੁਐਸਚਨ ਮੈਂ ਤੁਹਾਨੂੰ ਪਾਇਆ ਸੀ ਕੀ who was the friend of the narrator in two gentlemen of verona ਤਾਂ ਉਹਦਾ ਆਨਸਰ ਸੀਗਾ ਜੀ ਲੂਈਜੀ ਉਹ ਸੀ ਉਹਦਾ ਨਾਮ ਉਹ ਜ਼ਾ ਡਰਾਈਵਰ ਵੀ ਸੀ ਉਹਦਾ ਫਰੈਂਡ ਵੀ ਸੀ ਤਾਂ ਕਿੱਥੇ ਜਾ ਰਹੇ ਸੀਗੇ ਜੀ ਫੁੱਟ ਹਿਲ ਆਫ ਦਾ ਐਲਪਸ ਤੁਹਾਨੂੰ ਪਤਾ ਹੈ ਕਿ ਐਲਪਸ ਹਿਮਾਲਿਆ ਤੀ ਤਰ੍ਹਾਂ ਪਰਬਤ ਹੈ ਜੋ ਕਿ ਇਟਲੀ ਦੇ ਵਿੱਚ ਫੈਲੇ ਹੋਏ ਆ ਆਈ ਥਿੰਕ ਯੂਰਪ ਦੇ ਵਿੱਚ ਕਾਫੀ ਜ਼ਿਆਦਾ ਫੈਲੇ ਹੋਏ ਆ ਮੈਂ ਤੁਹਾਨੂੰ ਜਿਹੜੀ ਐਕਸਪਲੇਨੇਸ਼ਨ ਵਾਲੀ ਵੀਡੀਓ ਦਿਖਾਈ ਸੀ ਉਸ ਦੇ ਵਿੱਚ ਇੱਕ ਪਿਕ ਵੀ ਦਿਖਾਈ ਸੀ ਇਹਦੇ ਬਾਰੇ ਫੁੱਟ ਹੀਲ ਦਾ ਮਤਲਬ ਹੁੰਦਾ ਹੈ ਜਿਹੜੀਆਂ ਪਹਾੜੀਆਂ ਦਾ ਨਿਚਲਾ ਹਿੱਸਾ ਹੁੰਦਾ ਨਾ ਪਹਾੜੀਆਂ ਦੇ ਬਿਲਕੁਲ ਨੀਚੇ ਵਾਲੀ ਜ਼ਮੀਨ ਹੁੰਦੀ ਹੈ ਉਹਨਾਂ ਨੂੰ ਫੁੱਟ ਹੀਲਸ ਕਹਿੰਦੇ ਆ ਤਾਂ ਉਹਨਾਂ ਪਰਬਤਾਂ ਦੇ ਨੀਚੋਂ ਦੀ ਜਿਹੜੀ ਸੜਕ ਲੰਘ ਰਹੀ ਸੀ ਉਹਦੇ ਵਿੱਚੋਂ ਦੀ ਉਹ ਡਰਾਈਵ ਥਰੂ ਕਰਕੇ ਜਾ ਰਹੀ ਸੀ ਹੂ ਵਾਸ ਲੂਇਜ਼ੀ ਆ ਗਿਆ ਨਾ ਕਿ ਲੂਇਜ਼ੀ ਕੌਣ ਸੀ ਤਾਂ ਲੂਇਜ਼ੀ ਡਰਾਈਵਰ ਸੀਗਾ ਜੀ ਸਿੰਗਰ ਸੀ ਡਾਂਸਰ ਸੀ ਜਾਂ ਫੋਟੋਗ੍ਰਾਫਰ ਸੀ ਇਹਨਾਂ ਤਿੰਨਾਂ ਦੀ ਚਰਚਾ ਚੈਪਟਰ ਚ ਨਹੀਂ ਹੋਈ ਡਰਾਈਵਰ ਸੀਗਾ ਤੇ ਨਾਲੇ ਹੀ ਉਹ ਨਰੇਟਰ ਦਾ ਫਰੈਂਡ ਸੀਗਾ ਇਹੀ ਵਾਲਾ ਕੁਐਸਚਨ ਤੁਸੀਂ ਪ੍ਰੀਬੋਰਡ 'ਚ ਸਾਰੇ ਜਣੇ ਗਲਤ ਕਰਕੇ ਆਇਆ ਇੱਕ ਵੀ ਬੱਚੇ ਨੇ ਇਹਦਾ ਆਨਸਰ ਠੀਕ ਨਹੀਂ ਲਿਖਿਆ ਫੋਰਥ ਕੁਐਸਚਨ ਹੈ ਜੀ ਕਿ ਵਟ ਵਰ ਦਾ ਟੂ ਬॉयਜ਼ ਸੇਲਿੰਗ ਦੋਨੇ ਲੜਕੇ ਕੀ ਵੇਚ ਰਹੇ ਸੀ ਹੁਣ ਉਹ ਜਦੋਂ ਕਾਰ ਦੇ ਵਿੱਚ ਦੋਨੇ ਜਾ ਰਹੇ ਹੈ ਤਾਂ ਉਹ ਦੇਖਦੇ ਹੈ ਕਿ ਇੱਕ ਜਗ੍ਹਾ ਦੋ ਛੋਟੇ ਛੋਟੇ ਜਿਹੇ ਲੜਕੀ ਹੈ ਉਹ ਫਰੂਟਸ ਵੇਚ ਰਹੀ ਹੈ ਤਾਂ ਹੁਣ ਉਹ ਟੂ ਬॉयਜ਼ ਆ ਜਿਹੜੇ ਨਿਕੋਲਾ ਤੇ ਜੈਕੋਪੂ ਉਹ ਕੀ ਵੇਚ ਰਹੇ ਸੀਗੇ ਜੀ ਨੇਚਰਲੀ ਫਰੂਟਸ ਦਾ ਵੇਚ ਰਹੇ ਸੀ ਪਰ ਉਹ ਫਰੂਟ ਕਿਹੜਾ ਸੀਗਾ ਜੀ ਵਾਈਲਡ ਸਟਰਾਬਰੀਜ਼ ਸਟਰਾਬਰੀ ਜਿਹੜੀਆਂ ਰਸਪਰੀਆਂ ਜੀਆਂ ਹੁੰਦੀਆਂ ਨੇ ਨਾ ਲਾਲ ਰੰਗ ਦੀਆਂ ਉਹਨਾਂ ਨੂੰ ਕਹਿੰਦੇ ਆਂ ਵਾਈਲਡ ਮਤਲਬ ਜਿਹੜੀਆਂ ਜੰਗਲ ਦੇ ਵਿੱਚ ਪੈਦਾ ਹੁੰਦੀਆਂ ਆਂ ਕਾਫੀ ਮਿੱਠੀਆਂ ਹੁੰਦੀਆਂ ਤਾਂ ਇਸ ਕਰਕੇ ਅਸੀਂ ਵਾਈਲਡ ਸਟਰਾਬਰੀਜ਼ ਲਿਖਣਾ ਇੱਕ ਵਾਰ ਇਹ ਲਿਖ ਕੇ ਦੇਖ ਲਿਓ ਪੰਜ-ਸੱਤ ਵਾਰੀ ਸਪੈਲਿੰਗ ਮਿਸਟੇਕ ਤੇ ਤੁਹਾਡੀ ਨਹੀਂ ਹੋਏਗੀ ਪੰਜਵਾਂ ਕੁਐਸਚਨ ਹੈ ਜੀ ਕਿ ਹਾਊ ਡਿਡ ਦਾ ਟੂ ਬॉयਜ਼ ਲੁੱਕ ਇਸ ਦੇ ਬਾਰੇ ਬੇਟਾ ਪੂਰਾ ਸ਼ਾਰਟ ਅਨਸਰ ਟਾਈਪ ਕੁਐਸਚਨ ਵੀ ਹੈ ਜੋ ਬੜਾ ਇੰਪੋਰਟ ਤੇ ਦੋਵੇਂ ਲੜਕੇ ਕਿੱਦਾਂ ਦੇ ਦੇਖਦੇ ਸੀ ਤਾਂ ਤੁਸੀਂ ਉੱਥੋਂ ਦੀਆਂ ਵੀ ਕੋਈ ਇੱਕ ਅੱਧੀ ਲਾਈਨ ਜਿਹੜੀ ਤੁਹਾਨੂੰ ਜ਼ਿਆਦਾ ਸੱਚੀ ਤਰ੍ਹਾਂ ਯਾਦ ਆ ਤੁਸੀਂ ਇੱਥੇ ਲਿਖ ਸਕਦੇ ਹੋ ਲੇਕਿਨ ਜੇ ਸਿੰਪਲ ਤੁਸੀਂ ਆ ਵੀ ਲਿਖ ਦੋਗੇ ਕਿ ਸ਼ੈਬੀ ਐਂਡ ਸਕਿਨੀ ਤभी ਠੀਕ ਹੈ ਨਾਓ ਸ਼ੈਬੀ ਐਂਡ ਸਕਿਨੀ ਦਾ ਮਤਲਬ ਹੈ ਸ਼ੈਬੀ ਦਾ ਮਤਲਬ ਹੁੰਦਾ ਨਾ ਡਰਟੀ ਸਿੰਪਲ ਸ਼ੈਬੀ ਸ਼ਬਦ ਨਾ ਤੁਹਾਡੇ ਉਹਦੇ ਚ ਆਇਆ ਹੈ ਚੈਪਟਰ ਚ ਆਇਆ ਦਾ ਤੁਸੀਂ ਇਹੀ ਲਿਖੋ ਸਿੰਪਲ ਸਪੈਲਿੰਗ ਹੈ S H A B B, -B Y ਸ਼ੈਬੀ ਦਾ ਮਤਲਬ ਜੋ ਮਤਲਬ ਸਕੀਨਾ ਹੋਵੇ ਨਾ ਸਾਫ ਸੁਥਰਾ ਨਾ ਹੋਵੇ ਉਹਨੂੰ ਪਾਸ਼ਾ ਵੀ ਕਹਿੰਦੇ ਆ ਸਕੀਨੀ ਦਾ ਮਤਲਬ ਅ ਜਿਹੜਾ ਬਹੁਤ ਹੀ ਕਮਜ਼ੋਰ ਜਿਹਾ ਲੱਗੇ ਸਾਨੂੰ ਮਤਲਬ ਇਹ ਲੱਗਦਾ ਹੋਵੇ ਜਿਸਨੇ ਕਾਫੀ ਦਿਨ ਤੋਂ ਕੋਈ ਚੰਗਾ ਖਾਣਾ ਖਾਦਾ ਹੀ ਨਹੀਂ ਤਾਂ ਉਹਨੂੰ ਆਪਾਂ ਸਕੀਨੀ ਕਹਿੰਦੇ ਖੈਰ ਅੱਜਕੱਲ ਤਾਂ ਜਿਹੜੇ ਸਕੀਨੀ ਹੈ ਇਹ ਇੱਕ ਵਧੀਆ ਵਰਡ ਬਣਿਆ ਜਾਂਦਾ ਜੇ ਕੋਈ ਸਟੂਡੈਂਟ ਸਕੀਨੀ ਹੋਵੇ ਖਾਸ ਹੋ ਤੇ ਲੜਕੀਆਂ ਦੇ ਲਈ ਸਕੀਨੀ ਵਰਤਿਆ ਜਾਂਦਾ ਤਾਂ ਉਹ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੀਆਂ ਸਾਨੂੰ ਸਕੀਨੀ ਕਹਿੰਦੇ ਸਿਕਸਥ ਕੁਐਸਚਨ ਹੈ ਜੀ ਕਿ ਹਾਊ 올ਡ ਵਾਸ ਨਿਕੋਲਾ ਤੁਹਾਨੂੰ ਪਤਾ ਹੈ ਦੋਨੇ ਜਿਹੜੇ ਲੜਕੇ ਐ ਉਹਨਾਂ ਨੂੰ ਇਕੋਨਾਚੋ ਨਿਕੋਲਾ ਹੈ ਜੋ ਵੱਡਾ ਹੈ ਤੇ ਇੱਕ ਹੈ ਜਕੋਪੋ ਜੋ ਦਾ ਛੋਟਾ ਭਰਾ ਹੈ ਤਾਂ ਨਿਕੋਲਾ ਕਿੰਨੇ ਸਾਲ ਦਾ ਹੈ ਤੇ 13 ਸਾਲਾਂ ਦਾ ਹੈ ਜੀ ਇਹ ਧਿਆਨ ਰੱਖਣਾ 13 ਇਅਰਸ ਦਾ ਹੈ ਨਿਕੋਲਾ ਤੇ ਅਗਲਾ ਹੀ ਕੁਐਸਚਨ ਹੈ ਕਿ ਹਾਊ 올ਡ ਵਾਸ ਜਕੋਪੋ ਜਕੋਪੋ ਕਿੰਨੇ ਸਾਲ ਦਾ ਹੈ ਜੀ 12 ਇਅਰਸ 12 ਸਾਲ ਦਾ ਤਾਂ ਵੱਡਾ ਭਰਾ 13 ਸਾਲਾਂ ਦਾ ਹੈ ਛੋਟਾ ਭਰਾ 12 ਸਾਲਾਂ ਦਾ ਹੈ ਪਹਿਲਾ ਨਿਕੋਲਾ ਹੈ ਦੂਸਰਾ ਜਕੋਪੂ ਹੈ ਧਿਆਨ ਰੱਖਣਾ ਵੱਡਾ ਨਿਕੋਲਾ ਤੇ ਉਸ ਦਾ ਛੋਟਾ ਭਰਾ ਜਕੋਪੂ 8ਵਾਂ ਕੁਐਸਚਨ ਹੈ ਜੀ ਕਿ ਵਾਟ ਡਿਡ ਦਾ ਟੂ ਬॉयਜ਼ ਡੂ ਇਹ ਦੋਨੇ ਲੜਕੇ ਆਪਣੇ ਗੁਜ਼ਾਰੇ ਦੇ ਲਈ ਕੀ ਕਰਦੇ ਸੀਗੇ ਜੀ ਉਹ ਗੁਜ਼ਾਰਾ ਤਾਂ ਕਰਦੇ ਸੀਗੇ ਇਹ ਕੀ ਕਰਦੇ ਸੀਗੇ ਆਪਣਾ ਗੁਜ਼ਾਰਾ ਬਸਰ ਕਰਨ ਦੇ ਲਈ ਤਾਂ ਇਹ ਕਰਦੇ ਸੀਗੇ ਜੀ ਦੇ ਸ਼ਾਈਨ ਸ਼ੂਜ਼ ਸੋਲਡ ਨਿਊਜ਼ਪੇਪਰ ਐਂਡ ਫਰੂਟਸ ਐਂਡ ਡਿਡ ਮੈਨੀ ਆਡ ਜੋਬਸ ਤਾਂ ਇਹ ਬੱਚਿਓ ਸ਼ਾਈਨ ਸ਼ੂਜ਼ ਸ਼ੂਜ਼ ਨੂੰ ਸ਼ਾਈਨ ਕਰਦੇ ਸੀਗੇ న్యూਸਪੇਪਰ ਵੇਚਦੇ ਸੀ ਫਰੂਟਸ ਵੀ ਵੇਚਦੇ ਸੀ ਅਤੇ ਬਹੁਤ ਸਾਰੀਆਂ ਆਰਡ ਜੌਬਸ ਵੀ ਕਰਦੇ ਸੀ ਹੋਰ ਤਰ੍ਹਾਂ ਦੀਆਂ ਜੌਬਸ ਵੀ ਕਰਦੇ ਸੀ ਤਾਂ ਇਹ ਆਪਣੀ ਲਾਈਵਲੀਹੂਡ ਦੇ ਲਈ ਕੀ ਕਰਦੇ ਸੀਗੇ ਜੀ ਲਾਈਵਲੀਹੂਡ ਦਾ ਮਤਲਬ ਮੈਂ ਤੁਹਾਨੂੰ ਦੱਸਦਾ ਨਾ ਕਿ ਗੁਜ਼ਾਰਾ ਉਹਨੂੰ ਆਪਾਂ ਕਹਿੰਦੇ ਆ ਕਿ ਰੋਜ਼ਮਰ ਦਾ ਗੁਜ਼ਾਰਾ ਤਾਂ ਉਹਦੇ ਲਈ ਇਹ ਸਾਰਾ ਕੰਮ ਕਰਦੇ ਸੀ ਅਸੀਂ ਇਹ ਵੇਲੇ ਜਿਹੜੀ ਲਾਈਨ ਹੈ ਨਾ ਬੇਟਾ ਇਹ ਸ਼ਾਰਟ ਆਂਸਰ ਟਾਈਪ ਕੁਐਸਚਨਸ ਵੀ ਆਈ ਹੋਈ ਤਾਂ ਉਹ ਵੀ ਲਾਈਨ ਤੁਸੀਂ ਉੱਥੋਂ ਸੇਮ ਉਹੀ ਲਿਖ ਸਕਦੇ ਆਂ नाइन क्वेश्चन बहुत ही इंपॉर्टेंट है हुआ वाज लुसिया लुसिया कौन सी जी थोता तो है इस चैप्टर का ज़रा तीसरा मेन करैक्टर है वह है दोनों की भैन निकोला एंड जुकोपोज सिस्टर इन्होंने वो भैन है वह सब तो व्डी लूसीआ है निकोला जुकोपो तो छोटे है तो लूसीआ उन्हों की सिस्टर है जी अच्छा फिर उसकी उम्र भी पूछी गई है कि हाउ ओल्ड वाज लूसी ट्वेंटी ईयरस ओल्ड है तो तीनों की उम्र देखो इस चैप्टर चई है भी साल की लूसीआ है 13 ਸਾਲ ਦਾ ਨਿਕੋਲਾ ਹੈ 12 ਸਾਲ ਦਾ ਜਕੋਪੋ ਹੈ ਤਾਂ ਬਈ ਨਾ ਇਦਾਂ ਦੀ ਕੁਐਸਚਨ ਆਉਂਦੇ ਹਨ ਮੈਂ ਦੱਸਦਾ ਸਿੰਪਲ ਕੁਐਸਚਨ ਆਉਂਦੇ ਨੇ ਔਖੇ ਕੁਐਸਚਨ ਨਹੀਂ ਆਉਂਦੇ ਕੰਪਲਸਰੀ ਦੇ ਵਿੱਚ ਜੇ ਤੁਸੀਂ ਪਿਛਲੇ ਚੈਪਟਰਸ ਜਿਹੜੇ ਸੌਰੀ ਪਿਛਲੇ ਕੁਐਸਚਨ ਪੇਪਰ ਜਿਹੜੇ ਤੁਸੀਂ ਚੱਕ ਕੇ ਦੇਖ ਲਓ ਤਾਂ ਉਹਦੇ ਵਿੱਚ ਹਾਰਡਲੀ ਦਸਾਂ ਚੋ ਇੱਕ ਜਾਂ ਹੱਦ ਦੋ ਕੁਐਸਚਨ ਥੋੜੇ ਜੇ ਟ੍ਰੀਕੀ ਹੁੰਦੇ ਐ ਬਾਕੀ ਜਿਹੜੇ 8 ਕੁਐਸਚਨ ਐ ਉਹ ਤਾਂ ਬੜੇ ਸਿੰਪਲ ਹੁੰਦੇ ਐ ਜੇ ਤੁਸੀਂ ਆਹ ਜਿਹੜੇ ਮੈਂ ਤੁਹਾਨੂੰ ਕਰਵਾ ਰਹੇ ਹਾਂ ਤੁਸੀਂ ਕਰਕੇ ਚਲੇ ਜਾਓ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹਨਾਂ ਜੋ ਹੀ ਕੁਐਸਚਨਸ ਆ ਜਾਣੇ ਇੱਕ ਵਾਰੀ ਤੁਸੀਂ ਸਮਝੇ ਹੋਣਗੇ ਤੁਸੀਂ इजीली ਆਨਸਰ ਦੇ ਪਾਉਗੇ 11ਵਾਂ ਹੈ ਜੀ ਵਾਟ ਡਿਡ ਲੂਸੀਆ ਐਸਪਾਇਰ ਟੂ ਬੀ ਸਭ ਤੋਂ ਇੰਪੋਰਟੈਂਟ ਹੈ ਜੀ ਇਹ ਹੈ ਚੈਪਟਰ 4 ਕਿ ਲੂਸੀਆ ਕੀ ਬਣਨਾ ਚਾਹੁੰਦੀ ਸੀ ਐਸਪਾਇਰ ਐਸਪਾਇਰ ਦਾ ਮਤਲਬ ਹੁੰਦਾ ਹੈ ਤੀਬਰ ਇੱਛਾ ਰੱਖਣੀ ਜਿਸ ਦੇ ਅੰਦਰ ਹੁੰਦਾ ਹੈ ਕਿ ਮੈਂ ਬਹੁਤ ਜ਼ਿਆਦਾ ਤੀਬਰ ਇੱਛਾ ਹੁੰਦੀ ਹੈ ਨਾ ਕਿ ਮੈਂ ਬਣਨਾ ਹੈ ਕੁਝ ਉਹ ਕੀ ਬਣਨਾ ਚਾਹੁੰਦੀ ਸੀ ਤਾਂ ਤੁਹਾਨੂੰ ਪਤਾ ਬੇਟਾ ਕਿ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹ ਇੱਕ ਰੈਨਾਉਂਡ ਸਿੰਗਰ ਸੀ ਇਹ ਚੈਪਟਰ ਦੇ ਵਿੱਚ ਆਇਆ ਸੀ ਫਿਰ ਜਦੋਂ ਲੜਾਈ ਲੱਗੀ ਉਸ ਦੇ ਵਿੱਚ ਫਿਰ ਬੰਬਾਰੀ ਹੋਈ ਇਹਨਾਂ ਦਾ ਘਰ تباہ ਹੋ ਗਿਆ ਤੇ ਇਹ ਤਿੰਨੇ ਇੱਕ ਤਰ੍ਹਾਂ ਨਾਲ ਯਤੀਮ ਹੋ ਗਏ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਮਦਰ ਤਾਂ ਪਹਿਲਾਂ ਹੀ ਗੁਜ਼ਰ ਗਏ ਸੀ ਇਹਨਾਂ ਦੇ ਤਾਂ ਫਾਦਰ ਇਹਨਾਂ ਨੂੰ ਪਾਲ ਰਹੇ ਸੀ ਤਾਂ ਉਹ ਬੰਬਾਰੀ ਦੇ ਵਿੱਚ ਫਾਦਰ ਸਾਹਿਬ ਦੀ ਡੈਥ ਹੋਈ ਇਹਨਾਂ ਦੇ ਤੇ ਤਿੰਨੇ ਜੁਨੇ ਵਿਚਾਰੇ ਸੜਕ 'ਤੇ ਆ ਗਏ ਸੀ ਤਾਂ ਇਹਨਾਂ ਦੇ ਫਾਦਰ ਸਾਹਿਬ ਬਾਰੇ ਇੱਕ ਲਾਈਨ ਆਈ ਸੀ ਕਿ ਉਹ ਬਹੁਤ ਅੱਛੇ ਸਿੰਗਰ ਸੀਗੇ ਤੇ ਉਹਨਾਂ ਦੀ ਤਰ੍ਹਾਂ ਹੀ ਲੂਸੀਆ ਆਪਣੀ ਜ਼ਿੰਦਗੀ ਚ ਸਿੰਗਰ ਬੰਨਣਾ ਚਾਹੁੰਦੇ ਸੀ ਗਾਇਕ ਬੰਨਣਾ ਚਾਹੁੰਦੇ ਸੀ ਇਸ ਕਰਕੇ ਅਸੀਂ ਇੱਥੇ ਲਿਖਾਂਗੇ ਜੀ ਸਿੰਗਰ ਤੇ ਇੰਪੋਰਟੈਂਟ ਹੈ ਬੇਟਾ ਇਹ ਯਾਦ ਰੱਖਣਾ ਬਾਰਮਾ ਕੁਐਸਚਨ ਹੈ ਜੀ ਕਿ ਵਾਈ ਡਿਡ ਦਾ ਟੂ ਬॉयਜ਼ ਵਰਕ ਹਾਰਡ ਐਂਡਲੈਸਲੀ ਇਦਾਂ ਦਾ ਜਿਹੜਾ ਕੁਐਸਚਨ ਹੈ ਸ਼ਾਰਟ ਆਨਸਰ ਟਾਈਪ ਦੇ ਵਿੱਚ ਵੀ ਆਇਆ ਤੁਸੀਂ ਉੱਥੋਂ ਵੀ ਲਾਈਨ ਲਿਖ ਸਕਦੇ ਹੋ ਵੱਡੇ ਕੁਐਸਚਨ ਚ ਵੀ ਮੈਂ ਇਹ ਲਾਈਨ ਲਿਖਾਈ ਹੋਈ ਹੈ ਕਿ ਵਾਈ ਦਾ ਮਤਲਬ ਕਿਉਂ ਕਿ ਕਿਉਂ ਦੋਵੇਂ ਲੜਕੇ ਇੰਨੀ ਮਿਹਨਤ ਕਰ ਰਹੇ ਸੀ ਐਂਡਲੈਸਲੀ ਦਾ ਮਤਲਬ ਅਣਥੱਕ endlessly ਜਿੱਦਾਂ ਕੋਈ ਅੰਤ ਨਹੀਂ ਹੈ ਆਪਾਂ ਥੱਕ ਜਾਣੇ ਨਾ ਕੰਮ ਕਰਦੇ ਕਰਦੇ ਇਹ ਤਾਂ ਥੱਕਦੇ ਨਹੀਂ ਸੀ ਜਦੋਂ ਵੀ ਰਾਈਟਰ ਦੇਖਦਾ ਸੀਗਾ ਇਹ ਕਦੇ ਦੀ ਸਵੇਰੇ ਸਵੇਸ਼ ਸ਼ੂ ਸ਼ਾਈਨ ਕਰ ਰਹੇ ਹ ਉਸ ਤੋਂ ਪਹਿਲਾਂ ਹੀ ਅਖਬਾਰ ਬਣਦੇ ਹੁੰਦੇ ਸੀ ਫਿਰ ਇਹ ਸ਼ੂ ਸ਼ਾਈਨ ਕਰਨ ਆ ਜਾਂਦੇ ਜਾਂ ਕਿ ਸਕੇਅਰ ਤੇ ਦੁਪਹਿਰ ਵੇਲੇ ਫਰੂਟ ਵੇਚਣੇ ਸ਼ੁਰੂ ਕਰ ਦਿੰਦੇ ਸ਼ਾਮ ਨੂੰ ਫਿਰ ਸਲਾਨੀਆਂ ਨੂੰ ਕਮਾਣ ਲੱਗ ਜਾਂਦੇ ਆਪਾਂ ਸਾਰਾ ਚੈਪਟਰ ਬੇਟਾ ਪੜਿਆ ਰਾਤ ਨੂੰ ਫਿਰ ਇਹ ਕੋਈ ਨਾ ਕੋਈ ਕੰਮ ਲੱਭ ਲੈਂਦੇ ਆ ਪੂਰਾ ਦਿਨ ਹੀ ਵਿਚਾਰੇ ਕੰਮ ਕਰਦੇ ਰਹਿੰਦੇ ਤੁਸੀਂ ਉਮਰ ਤਾਂ ਦੇਖੋ ਕਿੰਨੀ ਹੈ ਤੁਹਾਡੇ ਤੋਂ ਛੋਟੇ ਹਨ ਉਹ ਤੁਹਾਡੀ ਉਮਰ ਉਹਨਾਂ ਨਾਲੋਂ ਵੱਡੀ ਹੈ ਉਹ ਤੁਹਾਡੇ ਤੋਂ ਵੀ ਛੋਟੇ ਆ ਤੇ ਦੇਖੋ ਇੰਨਾ ਕੰਮ ਕਰ ਰਹੇ ਆ ਕਿਉਂ ਕਰ ਰਹੇ ਸੀਗੇ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਬੇਟਾ ਪਰਮਾ ਕੁਐਸਚਨ ਟੂ ਪੇ ਫॉर द ਹਸਪੀਟਲ ਬਿਲਸ ਇਹਦਾ ਬਿਲਕੁਲ ਸਾਨੂੰ ਐਂਡ 'ਚ ਪਤਾ ਲੱਗਦਾ ਇੱਕ ਤਰ੍ਹਾਂ ਦੀ ਨਾ ਇਹ ਜਿਹੜਾ ਐਸਏ ਸਸਪੈਂਸ ਐ ਐ ਸ਼ੁਰੂ ਸ਼ੁਰੂ ਤਾਂ ਆਇਆ ਲੱਗਦਾ ਕਿ ਪਤਾ ਨਹੀਂ ਕੀ ਹੋ ਰਿਹਾ ਹੈ ਵੀ ਦੋ ਬੱਚਿਆਂ ਦੀ ਉਹ ਕਹਾਣੀ ਜੀ ਦੱਸੀ ਜਾਂਦੇ ਲੇਕਿਨ ਇਹ ਬਾਅਦ 'ਚ ਜਿਹੜਾ ਸਸਪੈਂਸ ਇਹ ਖੁੱਲਦਾ ਹੈ ਬਿਲਕੁਲ ਐਂਡ 'ਚ ਜਾ ਕੇ ਕਿ ਐਕਚੁਅਲੀ ਉਹ ਐਨੀ ਮਿਹਨਤ ਕਿਉਂ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਸਿਸਟਰ ਹੈ ਉਹ ਥੋੜੀ ਦੂਰ ਦੂਰ ਐਥੋਂ ਜਿੱਥੇ ਇਹ ਰੁਕਿਆ ਹੋਇਆ ਹੈ ਰਾਈਟਰ ਉਸ ਤੋਂ ਦੂਰ ਹੈ ਵਿਰੋਨਾ ਤੋਂ ਆਈ ਥਿੰਕ ਉਸ ਪਲੇਸ ਦਾ ਨਾਮ ਹੈ ਪਲੇਟਾ ਹੈ ਨਾ ਤੇ ਪਲੇਟਾ ਵਾਲੀ ਜਗ੍ਹਾ ਤੇ ਉਸ ਦੀ ਜਿਹੜੀ ਸਿਸਟਰ ਹੈ ਉਹ ਇੱਕ ਹਸਪੀਟਲ ਦੇ ਵਿੱਚ ਐਡਮਿਟ ਹੈ ਉਹ ਤਾਂ ਜਦੋਂ ਇਹਨਾਂ ਦੇ ਪਿੱਛੇ ਪਿੱਛੇ ਜਾਂਦਾ ਹੈ ਉਸ ਨੂੰ ਫਿਰ ਪਤਾ ਲੱਗਦਾ ਹੈ ਤਾਂ ਇਸ ਕਰਕੇ ਅਸੀਂ ਇੱਥੇ ਲਿਖਾਂਗੇ ਟੂ ਪੇ ਫਾਰ ਦਾ ਹਸਪੀਟਲ ਬਿਲਸ ਹਸਪੀਟਲ ਦੇ ਬਿੱਲ ਨੂੰ ਪੇ ਕਰਨ ਦੇ ਲਈ ਐਨੀ ਮਿਹਨਤ ਕਰ ਰਹੀ ਸੀ ਤੇ ਖਰਚਾ ਬਹੁਤ ਆ ਰਿਹਾ ਸੀ ਉਹਦੀ ਭੈਣ ਦੀ ਇਲਾਜ ਦਾ ਤੇ ਉਹ ਸਾਰਾ ਦੇਖੋ ਖਰਚਾ ਕਰ ਰਹੀ ਸੀ ਆਪਣੀ ਸਿਸਟਰ ਨੂੰ ਕਿੰਨੇ ਅੱਛੇ ਹਾਲਾਤ ਦੇ ਵਿੱਚ ਰੱਖਿਆ ਹੋਇਆ ਸੀ ਯਾਦ ਕਰੋ ਜਦੋਂ ਉਹ ਛੱਤੀ ਜੀ ਮਾਰਦਾ ਹੁੰਦਾ ਉਹਦੇ ਚੋਂ ਅ ਕਮਰੇ ਚੋਂ ਰਾਈਟਰ ਤਾਂ ਵੀ ਸਿਸਟਰ ਨੇ ਬਹੁਤ ਅੱਛੇ ਕੱਪੜੇ ਪਾਏ ਹੁੰਦੇ ਨੇ ਇਹਨਾਂ ਨੇ ਕੱਪੜੇ ਕਿਹੜੇ ਪਾਏ ਸ਼ੈਬੀ ਉਹਨਾਂ ਨੇ ਕਿਹੜੇ ਕੱਪੜੇ ਪਾਏ ਹੋਏ ਬਹੁਤ ਅੱਛੇ ਉਹਦੀ ਸਿਸਟਰ ਨੇ ਤੇ ਉਹਦਾ ਰੂਮ ਵੀ ਬੜਾ ਸਾਫ਼ ਸੁਥਰਾ ਹੈ ਉਹਦੇ ਕੋਲੇ ਫਰੂਟਸ ਰੱਖੇ ਹੋਏ ਆ ਬੁੱਕਸ ਰੱਖੀਆਂ ਹੋਈਆਂ ਹੈ ਤੇ ਆਪ ਵਿਚਾਰੇ ਫਟੇ ਹਾਲ ਚ ਰਹਿੰਦੇ ਆ ਇਹ ਦੇਖੋ ਕਿੰਨੀ ਜ਼ਿਆਦਾ ਇਹ ਸੈਕਰੀਫਾਈਜ਼ ਕਰ ਰਹੇ ਆਪਣੇ ਸਿਸਟਰ ਲਈ ਸਾਰੀਆਂ ਗੱਲਾਂ ਬੇਟਾ ਆਪਾਂ ਚੈਪਟਰ ਦੇ ਵਿੱਚ ਡਿਸਕਸ ਕੀਤੀਆਂ ਹੋਈਆਂ ਫਿਰ ਮੈਂ ਕਿ ਲੂਸੀਆ ਵਾਸ ਸਫਰਿੰਗ ਫਰੋਮ ਇੰਪੋਰਟੈਂਟ ਹੈ ਵੀ ਕਿ ਲੂਸੀਆ ਕਿਸ ਚੀਜ਼ ਤੋਂ ਸਫਰ ਕਰ ਰਹੀ ਸੀ ਕਿਹੜੀ ਚੀਜ਼ ਦੀ ਉਸ ਨੂੰ ਬਿਮਾਰੀ ਲੱਗੀ ਹੋਈ ਸੀ ਬੇਟਾ ਟਿਊਬਰਕਲੋਸਿਸ ਆਫ ਦਾ ਸਪਾਈਨ ਪੂਰੀ ਬਿਮਾਰੀ ਦਾ ਨਾਮ ਹੈ ਬੇਟਾ ਟਿਊਬਰਕਲੋਸਿਸ ਠੀਕ ਹੈ ਸਪਾਈਨ ਦਾ ਮਤਲਬ ਰੀੜ ਦੀ ਹੱਡੀ ਲੇਕਿਨ ਜੇ ਤੁਸੀਂ ਇੱਥੇ ਬੇਟਾ ਟੀਬੀ ਵੀ ਲਿਖਿਆ ਹੋਣਾ ਮੰਨ ਲਓ ਜੇ ਤੁਹਾਨੂੰ ਟਿਊਬਰ ਕਲੋਜ਼ਿਸ ਦੇ ਸਪੈਲਿੰਗ ਨਹੀਂ ਲਿਖਨੇ ਆ ਰਹੇ ਯਾਰ ਤੁਹਾਨੂੰ ਲੱਗਦਾ ਕਿ ਗਲਤ ਹੋ ਜਾਣਗੇ ਸਪਾਇਨ ਤਾਂ ਸਿੰਪਲ ਐ ਤਾਂ ਸਪਾਇਨ ਦੇ ਤਾਂ ਤੁਸੀਂ ਯਾਦ ਕਰ ਸਕਦੇ ਹੋ ਤਾਂ ਤੁਸੀਂ ਟੀ ਬੀ ਆਫ ਦਾ ਸਪਾਇਨ ਵੀ ਲਿਖਿਓ ਈਵਨ ਕਿ ਟੀ ਬੀ ਵੀ ਲਿਖਿਆ ਹੋਣਾ ਤਾਂ ਵੀ ਨੰਬਰ ਆ ਜਾਣਗੇ ਮੈਨੂੰ ਲੱਗਦਾ ਨੰਬਰ ਨਹੀਂ ਕੱਢਦੇ ਬਟ ਕੋਸ਼ਿਸ਼ ਕਰਿਓ ਕਿ ਤੁਸੀਂ ਟੀ ਬੀ ਆਫ ਦਾ ਸਪਾਇਨ ਲਿਖਿਓ ਅੱਗੇ ਕੁਐਸਚਨ ਉਹੀ ਆ ਗਿਆ ਜੀ ਪੋਲੇਟਾ ਪੋਲੇਟਾ ਵਾਸ ਡੈਸ਼ ਕਿਲੋਮੀਟਰ ਅਵੇ ਫਰੋਮ ਵਿਰੋਨਾ ਤਾਂ ਪੋਲੇਟਾ ਵਿਰੋਨਾ ਤੋਂ ਕਿੰਨੀ ਦੂਰ ਸੀਗਾ ਜੀ ਤਾਂ 30 ਕਿਲੋਮੀਟਰ ਅਵੇ ਸੀਗਾ 30 ਕਿਲੋਮੀਟਰ ਅਵੇ ਸੀ ਯਾਦ ਕਰੋ ਪਲੇਟਾ ਉਹੀ ਪਿੰਡ ਹੈ ਜਿਸ ਪਿੰਡ ਦੇ ਵਿੱਚ ਜਿਸ ਵਿਲੇਜ ਦੇ ਵਿੱਚ ਇੱਕ ਵੱਡੀ ਸਾਰੀ ਹਵੇਲੀ ਦੇ ਵਿੱਚ ਜੋ ਕਿ ਹਸਪੀਟਲ ਚ ਤਬਦੀਲ ਹੋ ਗਈ ਉੱਥੇ ਉਹਦੀ ਸਿਸਟਰ ਦਾਖਲ ਹੈ ਇੱਕ ਪਹਾੜੀ ਏਰੀਆ ਹਿੱਲੀ ਏਰੀਆ ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਹਰ ਸੰਡੇ ਜਾਂਦੇ ਸੀ ਉੱਥੇ ਇਹ ਆਮ ਤੌਰ ਤੇ ਕਿਵੇਂ ਜਾਂਦੇ ਸੀ ਬਾਈਸਾਈਕਲ ਤੇ ਬਾਈਸਾਈਕਲ ਕਿਰਾਏ ਤੇ ਲੈ ਕੇ ਉੱਥੇ ਬੱਸ ਜਾਂਦੀ ਸੀ ਲੇਕਿਨ ਇਹ ਬੱਸ ਦੇ ਪੈਸੇ ਵੀ ਬਚਾ ਲੈਂਦੇ ਸੀ ਕਿਉਂਕਿ ਬਾਈਸਾਈਕਲ ਤੇ ਕਿਰਾਇਆ ਬੱਸ ਦੇ ਕਿਰਾਏ ਨਾਲੋਂ ਘੱਟ ਪੈਂਦਾ ਸੀ ਇਹਨਾਂ ਨੂੰ ਤਾਂ ਉੱਥੇ ਵੀ ਪੈਸੇ ਬਚਾ ਕੇ ਬਾਈਸਾਈਕਲ ਤੇ ਜਾਂਦੇ ਸੀ ਸਾਈਕਲ ਚਲਾ ਕੇ 30 ਕਿਲੋਮੀਟਰ ਬੇਟਾ 30 ਕਿਲੋਮੀਟਰ ਪਹਾੜਾਂ ਦੇ ਵਿੱਚ ਸਾਈਕਲ ਚਲਾਉਣਾ ਸੌਖਾ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਮੈਂ ਸਾਈਕਲਿੰਗ ਕੀਤੀ ਹੋਈ ਹੈ ਏਲੀ ਏਰੀਆ 'ਚ ਤੇ ਮੇਰੇ 2 ਕਿਲੋਮੀਟਰ 'ਚ ਮੇਰੇ ਮਰੀ ਨਾ ਹੋ ਗਈ ਸੀ ਮਤਲਬ ਚੜ੍ਹਾਈ ਦੇ ਵਿੱਚ ਨਾ ਸਾਈਕਲ ਚਲਾਉਣਾ ਬਹੁਤ ਔਖਾ ਹੈ ਪੂਰਾ ਜ਼ੋਰ ਲੱਗਦਾ ਹੈ ਬੰਦੇ ਦਾ ਕਿਉਂਕਿ ਸਟੀਪ ਹੁੰਦੀ ਹੈ ਉਤਰਾਈ ਤਾਂ ਬਹੁਤ ਸੌਖੀ ਹੈ ਤੁਹਾਨੂੰ ਤਾਂ ਪੈडल ਮਾਰਨ ਦੀ ਵੀ ਲੋੜ ਨਹੀਂ ਬਸ ਹੈਂਡਲ ਨੂੰ ਹੀ ਠੀਕ ਕਰਨਾ ਹੈ ਲੇਕਿਨ ਉੱਪਰ ਚੜ੍ਹਨਾ ਪਹਾੜ ਦੇ ਉੱਪਰ ਸਾਈਕਲ ਲੈ ਕੇ ਬਹੁਤ ਪੂਰਾ ਜੋਰ ਲਗਦਾ ਤੇ ਇਹ ਬਚਾਰੇ 30 ਕਿਲੋਮੀਟਰ ਜਾਂਦੇ ਸੀਗੇ ਦੇਖੋ ਤੇ ਉਹ 30 ਕਿਲੋਮੀਟਰ ਜਾ ਕੇ ਉੱਥੇ ਆਪਣੀ ਸਿਸਟਰ ਦਾ ਸਾਰਾ ਇਲਾਜ ਦਾ ਜਿਹੜਾ ਖਰਚਾ ਸੀ ਉਸ ਨੂੰ ਭਰ ਕੇ ਫੇਰ ਆਉਂਦੇ ਸੀ ਪਰ ਇਸ ਵਾਰੀ ਇਹ ਫਿਰ ਇਹਨਾਂ ਨੇ ਰਾਈਟਰ ਨੂੰ ਕਿਹਾ ਸੀਗਾ ਕਿ ਤੁਸੀਂ ਸਾਨੂੰ ਇਸ ਵਾਰੀ ਸਾਨੂੰ ਲੈ ਜਾਓ ਤਾਂ ਇਹ ਕਾਰ ਚ ਲੈ ਗਿਆ ਸੀ ਆਪਾਂ ਸਾਰਾ ਚੈਪਟਰ ਚ ਇਹ ਦੇਖਿਆ ਮੈਂ ਪੜਿਆ ਹੋਇਆ ਹੈ 15ਵਾਂ ਹੈ ਜੀ ਕਿ ਡੈਸ਼ ਵਾਸ ਅ ਪਲੇਸ ਆਫ ਇੰਟਰਸਟ ਇਨ ਵਿਰੋਨਾ ਦੇਖੋ ਵਿਰੋਨਾ ਚ ਬਹੁਤ achhi achhiyan ਚੀਜ਼ਾਂ ਨੇ ਇੱਕ ਸਾ ਟੂਰਿਸਟ ਪਲੇਸ ਹੈ ਇਹ ਬਹੁਤ سارے ਟੂਰਿਸਟ ਜਾਂਦੇ ਆ ਉੱਥੇ ਕਾਫੀ ਚੀਜ਼ਾਂ ਦਾ ਉੱਥੇ ਨਾਮ ਆਇਆ ਲੇਕਿਨ ਤੁਸੀਂ ਜੂਲੀਅਟਸ ਟੂਮ ਲਿਖ ਸਕਦੇ ਰੋਮੀਓ ਜੂਲੀਅਟ ਤੁਸੀਂ ਸੁਣਿਆ ਹੋਣਾ ਜਿਵੇਂ ਸਾਡੇ ਪੰਜਾਬ ਦੇ ਵਿੱਚ ਹੀ ਰਾਂਝੇ ਦੇ ਕਿਸੇ ਚੱਲਦੇ ਨੇ ਤਾਂ ਜਿਹੜੇ ਯੂਰਪ ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜੇ ਨਾ ਰੋਮੀਓ ਜੂਲੀਅਟ ਦੀ ਕਿਸੇ ਚੱਲਦੇ ਤਾਂ ਰੋਮੀਓ ਜੂਲੀਅਟ ਹੋਏ ਆ ਤਾਂ ਜੂਲੀਅਟ ਹੈ ਜਿਹੜੀ ਲੜਕੀ ਹੈ ਉਸ ਦੀ ਉੱਥੇ ਕਬਰ ਬਣੀ ਹੋਈ ਹੈ ਵਿਰੋਨਾ ਚ ਤਾਂ ਜੂਲੀਅਟਸ ਟੂਮ ਤਾਂ ਜੂਲੀਅਟ ਦੇ ਸਪੈਲਿੰਗ ਯਾਦ ਕਰ ਲੈਣੀ ਹੈ ਜੂਲੀਅਟਸ ਟੂਮ ਹੈ ਉਹ ਵਿਰੋਨਾ ਦੇ ਵਿੱਚ ਪਲੇਸ ਆਫ ਇੰਟਰਸਟ ਹੈ ਪਲੇਸ ਆਫ ਇੰਟਰਸਟ ਦਾ ਮਤਲਬ ਹੁੰਦਾ ਜਿੱਥੇ ਲੋਕਾਂ ਦਾ ਇੰਟਰਸਟ ਬਣਿਆ ਹੁੰਦਾ ਵੀ ਆਪਾਂ ਉੱਥੇ ਜਾਣਾ ਹੈ ਕਿ ਪਾਰਕ ਹੁੰਦਾ ਹੈ ਉਹਦੇ ਚ ਲੋਕਾਂ ਦਾ ਇੰਟਰਸਟ ਬਣ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਪਲੇਸ ਆਫ ਇੰਟਰਸਟ ਹੈ ਵੀ ਰੋਨਾ ਤੇ ਜੂਲੀਅਸ ਦੀ ਟੂਮਬ ਤਾਂ ਤੁਹਾਨੂੰ ਪਤਾ ਹੈ ਇਹ ਗਾਈਡ ਦਾ ਕੰਮ ਕਰਦੇ ਆ ਉੱਥੇ ਲੈ ਕੇ ਜਾਣ ਲਈ ਦੋਨੇ ਭਰਾ ਤਾਂ ਅਲਾਜ ਰੈਡ ਰੂਫ ਵਿਲਾਸ ਰਾਉਂਡਡਡ ਬਾਏ ਆ ਹਾਈ ਸਟੋਨ ਵਾਲ ਵਾਜ਼ਾ ਡੈਸ਼ ਕਿ ਲਾਲ ਰੰਗ ਦੀ ਛੱਤ ਵਾਲੀ ਜੜੀ ਵਿਲਾ ਸੀ ਜਿਹੜਾ ਹਵੇਲੀ ਨੂੰ ਕਿਹਾ ਜਾਂਦਾ ਵੱਡੇ ਵੱਡੇ ਪੱਥਰਾਂ ਨਾਲ ਕਿਰੀ ਹੋਈ ਸੀਗੀ ਉਹ ਉਹ ਕੀ ਚੀਜ਼ ਸੀ ਜੀ ਹਸਪੀਟਲ ਦੇਖੋ ਕੁਐਸਚਨ ਕਿਡਾ ਆਖ ਹੈ ਮਤਲਬ ਵੱਡੇ ਵੱਡੇ ਬਰਡਸ ਆ ਸਰਾਊਂਡੇਡ ਰੈਡ ਰੂਫਡ ਵਿਲਾ ਸਟੋਨ ਹੈ ਨਾ ਲੇਕਿਨ ਆਨਸਰ ਦੇਖੋ ਕਿੰਨਾ ਸੋਖਿਆ ਹੌਸਪੀਟਲ ਸਿੰਪਲ ਹੌਸਪੀਟਲ ਲਿਖ ਲਓ ਤਾਰਵਾ ਹੈ ਕਿ ਹੂ ਵਾਸ ਦਾ ਊਮਨ ਐਟ ਦਾ ਵਿਲੇਜ ਇੰਪੋਰਟੈਂਟ ਹੈ ਜੀ ਤਾਂ ਕਿਹੜੀ ਊਮਨ ਮਿਲੀ ਸੀਗੀ ਜੀ ਉਦੋਂ ਰਾਈਟਰ ਨੂੰ ਆ ਟ੍ਰੇਨਡ ਨਰਸ ਤਾਂ ਉਹ ਇੱਕ ਟ੍ਰੇਨਡ ਨਰਸ ਸੀ ਬੇਟਾ ਜਸ ਤੁਸੀਂ ਨਰਸ ਵੀ ਪਾਇਓ ਨਾ ਐਂਡ ਯੂ ਆਰ ਐਸ ਸੀ ਤਾਂ ਵੀ ਨੰਬਰ ਆ ਜਾਣਗੇ ਟ੍ਰੇਨਡ ਨਰਸ ਥੋੜਾ ਜਿਆਦਾ ਵਧੀਆ ਬੀਕੋਲ ਚੈਪਟਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਸ਼ੀ ਵਾਸ ਅ ਟ੍ਰੇਨ ਨਰਸ ਸੱਚ ਹੈ ਦਾ ਨਾਮ ਨਹੀਂ ਆਇਆ ਇਸ ਲੜਕੀ ਦਾ ਕਿ ਉਹਦਾ ਨਾਮ ਕੀ ਸੀ ਜਸਟ ਉਸ ਨੂੰ ਟ੍ਰੇਨ ਨਰਸ ਕਿਹਾ ਗਿਆ 18ਵਾਂ ਹੈ ਕਿ ਵਰਕ ਵਾਸ ਸਕਸ ਇਨ ਵਿਰੋਨਾ ਇਮ ਟ੍ਰੂ ਫਾਲਸ ਆ ਗਈ ਕਿ ਵਿਰੋਨਾ ਦੇ ਵਿੱਚ ਕੰਮ ਬਹੁਤ ਔਖਾ ਮਿਲਦਾ ਸੀ ਸਕਸ ਦਾ ਮਤਲਬ ਹੁੰਦਾ ਮਤਲਬ ਨੈਗੇਟਿਵ ਵਰਡ ਹੈ ਇਹ ਹਾਰਡਲੀ ਸਕਸ ਇੱਕ ਉਹ ਵਰਗੇ ਮਤਲਬ ਨਾਟ ਇਹਦਾ ਮਤਲਬ ਹੁੰਦਾ ਨਾਟ ਕਿ ਵਿਰੋਨਾ 'ਚ ਕੰਮ ਹੈ ਨਹੀਂ ਸੀ ਅ ਟ੍ਰੂ ਹੈ ਜੀ ਕੰਮ ਨਹੀਂ ਸੀਗਾ ਇਸੇ ਕਰਕੇ ਉਹ ਜਿਹੜੇ ਬੱਚੇ ਸੀ ਜੋ ਕੰਮ ਮਿਲਦਾ ਸੀ ਉਹੀ ਕਰ ਲੈਂਦੇ ਸੀ 19ਵਾਂ ਹੈ ਜੀ ਕਿ ਵਾਰ ਹੈਡ ਨਾਟ ਬ੍ਰੋਕਨ ਦਾ ਸਪਿਰਿਟ ਆਫ ਦਾ 3 ਚਿਲड्रन ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਲੜਾਈ ਨੇ ਬੱਚਿਆਂ ਦੀ ਸਪਿਰਿਟ ਨੂੰ ਜਜ਼ਬੇ ਨੂੰ ਇੱਥੇ ਸਪਿਰਿਟ ਦਾ ਮਤਲਬ ਜਜ਼ਬਾ ਉਸ ਨੂੰ ਤੋੜਿਆ ਨਹੀਂ ਸੀ ਹੈਡ ਨਾਟ ਬ੍ਰੋਕਨ ਲੜਾਈਆਂ ਨੇ ਲੋਕਾਂ ਦੇ ਘਰ ਤੋੜਤੇ ਸੀ ਬੰਬਾਰੀਆਂ ਨਾਲ ਲੇਕਿਨ ਇਹ ਦੋਨੇ ਲੜਕਿਆਂ ਦਾ ਜਜ਼ਬਾ ਉਸ ਲੜਾਈ ਨੇ ਨਹੀਂ ਤੋੜ ਸਕੀ ਉਹ ਲੜਾਈ ਤੋੜ ਨਹੀਂ ਸਕੀ ਦੇਖੋ ਆਪਣੀ ਸਿਸਟਰ ਦੇ ਲਈ ਕਿਸ ਤਰੀਕੇ ਦੇ ਨਾਲ ਕਿਸ ਸ਼ਿੱਦਤ ਨਾਲ ਉਹ ਕੰਮ ਕਰਦੇ ਹੈ ਤਾਂ ਬਿਲਕੁਲ ਟਰੂ ਹੈ ਜੀ ਸੱਚ ਗੱਲ ਹੈ ਕਿ ਉਹਨਾਂ ਦਾ ਜਜ਼ਬਾ ਨਹੀਂ ਸੀ ਟੁੱਟਿਆ ਜੇ ਇੱਥੇ ਨੋਟ ਨਾ ਲੱਗਿਆ ਹੁੰਦਾ ਕਿ ਵਾਰ ਹੈਡ ਬ੍ਰੋਕਨ ਫਿਰ ਆਪਾਂ ਇੱਥੇ ਫਾਲਸ ਲਿਖ ਦੇ ਵੀਮਾ ਹੈ ਜੀ ਲਾਸਟ ਹੈ ਸਾਡਾ ਦੋ ਬੁਆਏਸ ਪੇਡ ਦਾ ਹਸਪੀਟਲ ਬਿਲਜ਼ ਏਵਰੀ ਮੰਥ ਦੇਖੋ ਪੂਰਾ ਸਟੇਟਮੈਂਟ ਪੜਿਆ ਕਰੋ ਫਿਰ ਟਰੂ ਫਾਲਸ ਦੇ ਹਿਸਾਬ ਨਾਲ ਆਨਸਰ ਦਿਓ ਪੂਰੀ ਸਟੇਟਮੈਂਟ ਪਹਿਲਾਂ ਸਮਝੋ ਜੇ ਇੱਥੇ ਬੇਟਾ ਏਵਰੀ ਮੰਥ ਨਾ ਲਿਖਿਆ ਹੁੰਦਾ ਸਿੰਪਲ ਬਿਲਜ਼ ਦਾ ਕਾ ਆਨਸਰ ਹੁੰਦਾ ਤਾਂ ਫਿਰ ਇਹ ਟਰੂ ਹੁੰਦਾ ਹੋਣਾ ਸੀਗਾ the two boys paid the hospital bills ਤਾਂ ਇਹ ट्रू ਸੀ ਇੱਕ ਤਰੀਕਾ ਪੇਟਾ ਕਰਦੇ ਸੀਗੇ ਪਰ ਇੱਥੇ ਲਿਖਤਾ ਐਵਰੀ ਮੰਥ ਐਵਰੀ ਮੰਥ ਨਹੀਂ ਸੀ ਐਵਰੀ ਵੀਕ ਐਕਚੁਅਲੀ ਐਵਰੀ ਵੀਕ ਹੈ ਯਾਦ ਕਰੋ ਹਰ ਸੰਡੇ ਜਾਂਦੇ ਸੀਗੇ ਉਹ ਹਰ ਸੰਡੇ ਕਿਉਂ ਜਾਂਦੇ ਸੀ ਹਰ ਵੀਕ ਚ ਸੰਡੇ ਆਉਂਦਾ ਨਾ ਤਾਂ ਹਰ ਸੰਡੇ ਕਿਉਂ ਜਾਂਦੇ ਸੀਗੇ ਉਹ ਸਾਈਕਲਿੰਗ ਕਰ ਕਰਕੇ ਵਿਚਾਰੇ 30 ਕਿਲੋਮੀਟਰ ਤਾਂ ਹਰ ਸੰਡੇ ਉਹ ਬਿੱਲ ਨੂੰ ਪੇ ਕਰਨ ਜਾਂਦੇ ਸੀ ਜੋ ਹਫਤੇ ਚ ਵਿਚਾਰੇ ਕਮਾਉਂਦੇ ਸੀ ਦਿਨ ਰਾਤ ਇੱਕ ਕਰਕੇ ਉਹ ਸਾਰੇ ਪੈਸੇ ਜਾ ਕੇ ਆਪਣੀ ਸਿਸਟਰ ਦੇ ਇਲਾਜ ਲਈ ਉਸ ਨਰਸ ਨੂੰ ਦਿਹਾੜਦੇ ਸੀ ਤਾਂ ਇਸ ਕਰਕੇ ਜੇ ਇੱਥੇ ਮੰਥ ਦੀ ਥਾਂ ਤੇ ਵੀਕ ਲਿਖਿਆ ਹੁੰਦਾ ਤਾਂ ਫਿਰ ਇਹ ਸਟੇਟਮੈਂਟ ਕੀ ਹੋਣੀ ਸੀ ਜੀ ਟਰੂ ਹੋਣੀ ਸੀ ਪਰ ਇੱਥੇ ਕਿਉਂਕਿ ਮੰਥ ਹੀ ਲਿਖਿਆ ਹੋਇਆ ਹੈ ਇਸ ਕਰਕੇ ਅਸੀਂ ਇੱਥੇ ਲਿਖਾਂਗੇ ਫਾਲਸ ਤਾਂ ਟਰੂ ਫਾਲਸ ਵਾਲੇ ਬੱਚੇ ਜਿਹੜੇ ਕੁਐਸਚਨਸ ਹੁੰਦੇ ਆ ਇਹਨਾਂ ਨੂੰ ਥੋੜਾ ਜਾ ਨਾ 1 ਮਿੰਟ ਲਾ ਲਿਆ ਕਰੋ ਇਸ ਤੇ ਕਾਲੀ ਨਾ ਕਰਿਓ ਪੂਰੀ ਸਟੇਟਮੈਂਟ ਪੜਿਓ ਟ੍ਰਾਈ ਟੂ ਅੰਡਰਸਟੈਂਡ ਦਾ ਮੀਨਿੰਗ ਆਫ ਦਾ ਸਟੇਟਮੈਂਟਸ ਫਿਰ ਉਸ ਹਿਸਾਬ ਨਾਲ ਟਰੂ ਤੇ ਫਾਲਸ ਲਾਓ ਇਸ ਤਰੀਕੇ ਨਾਲ ਇਹ ਵਾਲਾ ਸਾਡਾ ਚੈਪਟਰ ਖਤਮ ਹੁੰਦਾ ਜੀ ਤਾਂ ਸਾਡਾ ਬੇਟਾ ਜਿਹੜਾ ਨੈਕਸਟ ਚੈਪਟਰ ਹੈ ਉਹ ਹੈ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਅਸੀਂ ਇਹਨੂੰ ਵੀ ਕਵਰ ਕਰ ਲੈਨੇ ਆ ਬਿਕੋਜ਼ ਸਿਰਫ ਆਹੀ ਵੀ ਕੁਐਸਚਨ ਹੈ ਜੋ ਇਸ ਤੇ ਦਿੱਤੇ ਹੋਏ ਨੇ ਜੋ ਸਾਨੂੰ ਕਰਨੇ ਆ। ਇਸ ਤੋਂ ਅਗਲਾ ਹੀ ਐਸੇ ਹੈ ਜੀ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਸਾਰਾ ਚੈਪਟਰ ਅਸੀਂ ਪੜਿਆ ਹੋਇਆ ਹੈ ਸ਼ਾਰਟ ਆਂਸਰ ਲੌਂਗ ਆਂਸਰ ਸਭ ਕੁਝ ਕਰਿਆ ਹੋਇਆ ਹੈ ਚੈਪਟਰ ਦੀ ਐਕਸਪਲੈਨੇਸ਼ਨ ਵੀ ਪੜੀ ਹੋਈ ਹੈ ਕਾਪੀਸ ਤੇ ਵੀ ਨੋਟਡ ਹੈ ਸਾਡੇ ਸਾਰਾ ਕੁਝ ਅਤੇ ਵੀਡੀਓਜ਼ ਵੀ ਅਵੇਲੇਬਲ ਹੈ ਤੁਹਾਡੇ ਕੋਲੇ। ਤਾਂ ਪਹਿਲਾ ਹੈ ਜੀ ਕਿ ਡਾਕਟਰ ਬਰਨਰ ਡਿਜ਼ਾਈਨਡ ਆਰਟੀਫੀਸ਼ੀਅਲ ਡੈਸ਼ ਵਲਵਸ ਕਿ ਇਹ ਸ਼ੁਰੂ ਚ ਹੀ ਆਂਦਾ ਐਕਚੁਅਲੀ ਇਹ ਆਈ ਥਿੰਕ ਇਹ ਚੈਪਟਰ ਦੇ ਕਿ ਡਾਕਟਰ ਬਰਨਰਡ ਕਿਸ ਤਰ੍ਹਾਂ ਦੇ ਆਰਟੀਫੀਸ਼ੀਅਲ ਵਲਵਸ ਡਿਜ਼ਾਈਨ ਕਰਦੇ ਸੀਗੇ ਤਾਂ ਤੁਹਾਨੂੰ ਪਤਾ ਬੇਟਾ ਹਾਰਟ ਦੇ ਉਹ ਸੀਗੇ ਡਾਕਟਰ ਸੀਗੇ ਦਿਲ ਦੇ ਡਾਕਟਰ ਸੀ ਤਾਂ ਸਿੰਪਲ ਇਹ ਹਾਰਟ ਦਾ ਹੀ ਵਲਵਸ ਵਗੈਰਾ ਡਿਜ਼ਾਈਨ ਕਰਦੇ ਸੀਗੇ ਜੋ ਅੱਜ ਕੱਲ ਦਾ ਪੂਰੇ ਅੱਜ ਕੱਲ ਚੱਲ ਰਹੇ ਨੇ ਜੋਰਾ ਸ਼ੋਰਾ ਨਾਲ ਤਾਂ ਇਹਨਾਂ ਦੀ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਡਿਜ਼ਾਈਨਿੰਗ ਕੀਤੀ ਸੀ ਉਹ ਡਾਕਟਰ ਕ੍ਰਿਸਚੀਨ ਬਰਨਰ ਨੇ ਕੀਤੀ ਸੀ ਸੈਕੰਡਰੀ ਦਾ ਸਪੌਟ ਆਫ ਐਕਸੀਡੈਂਟ ਵਾਸ ਡੈਸ਼ ਬਾਈ ਦਾ ਪੁਲਿਸ ਹਮ ਕਿ ਤੁਹਾਨੂੰ ਪਤਾ ਹੈ ਨਾ ਕਿ ਸ਼ੁਰੂ ਸ਼ੁਰੂ ਚ ਐਕਸੀਡੈਂਟ ਹੋਇਆ ਸੀ ਇਹਨਾਂ ਦਾ ਆਪਣੀ ਵਾਈਫ ਦੇ ਨਾਲ ਰੋਡ ਕ੍ਰੋਸ ਕਰ ਰਹੇ ਸੀਗੇ ਫਾਈ ਕਾਰ ਆ ਕੇ ਵਿੱਚ ਵਜਦੀ ਸੀ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਸੀ ਇਹਨਾਂ ਦੇ ਆਪਣੇ ਵੀ ਵਾਈਫ ਦੇ ਵੀ ਤਾਂ ਉਹ ਗੱਲ ਹੈ ਕਿ ਉਹ ਜਿਹੜਾ ਐਕਸੀਡੈਂਟ ਦਾ ਸਪੌਟ ਸੀਗਾ ਉਹ ਜਗ੍ਹਾ ਸੀ ਉਸ ਨੂੰ ਪੁਲਿਸ ਦੁਆਰਾ ਡੈਸ਼ ਕੀਤਾ ਗਿਆ ਤਾਂ ਐਕਚੁਅਲੀ ਇਨਸਪੈਕਟ ਕੀਤਾ ਗਿਆ ਉਸ ਦੀ ਮੋਇਨਾ ਕੀਤਾ ਗਿਆ ਉਹਨੂੰ ਕਰਨਾ ਕਹਿੰਦੇ ਨੇ ਇਨਸਪੈਕਟਡ ਆਏਗਾ ਤੀਸਰਾ ਹੈ ਨਾਊ ਅਡੇਜ਼ ਇਟ ਇਜ਼ ਈਜ਼ੀ ਟੂ ਡੈਸ਼ ਦਾ ਹਾਰਟ ਪ੍ਰੋਬਲਮ ਨਾਊ ਅਡੇਜ਼ ਦਾ ਮਤਲਬ ਅੱਜਕਲ ਹਾਰਟ ਪ੍ਰੋਬਲਮ ਨੂੰ ਡੈਸ਼ ਕਰਨਾ ਈਜ਼ੀ ਹੈ ਪਹਿਲਾ ਮਤਲਬ ਹੈ ਬੇਟਾ ਰੈਕਟੀਫਾਇਰ ਐਕਟੀਫਾਇਰ ਦਾ ਮਤਲਬ ਹੁੰਦਾ ਹੈ ਠੀਕ ਕਰਨਾ ਕਿਸੇ ਚੀਜ਼ ਨੂੰ ਠੀਕ ਕਰਨ ਨੂੰ ਰੈਕਟੀਫਾਈ ਕਹਿੰਦੇ ਆ ਇਹਦਾ ਆਨਸਰ ਆਏਗਾ ਇਹਦਾ ਰੈਕਟੀਫਾਈ ਫੋਰਥ ਕੁਐਸਚਨ ਇੰਪੋਰਟੈਂਟ ਹੈ ਜੀ ਪੇਪਰ ਚਾਣ ਵਾਲਾ ਕਿ ਦਾ ਬਿਜ਼ਨਸ ਆਫ ਲਿਵਿੰਗ ਇਜ਼ ਡੈਸ਼ ਆਫ ਬੀਇੰਗ ਅਲਾਈ ਬਿਲਕੁਲ ਚੈਪਟਰ ਦਾ ਹੀ ਆਨਸਰ ਹੈ ਕਿ ਜ਼ਿੰਦਗੀ ਦਾ ਅਸਲੀ ਮਨੋਰਥ ਬਿਜ਼ਨਸ ਹੈ ਇਹ ਹੈ ਕਿ ਅਸੀਂ ਜ਼ਿੰਦਗੀ ਨੂੰ ਜੀ ਕੇ ਦੇਖੀਏ ਤਾਂ ਇਸ ਕਰਕੇ ਇੱਥੇ ਆਏਗਾ ਜੀ ਸੈਲੀਬ੍ਰੇਸ਼ਨ ਜ਼ਿੰਦਗੀ ਦੇ ਹਰ ਦਿਨ ਨੂੰ ਅਸੀਂ ਇੰਜੋਏ ਕਰੀਏ ਉਸ ਦੀ ਸੈਲੀਬ੍ਰੇਸ਼ਨ ਕਰੀਏ ਪੰਜਵਾਂ ਹੈ ਡਾਕਟਰ ਬਰਨਰਡ ਵਾਸ ਦਾ ਪਾਇਨੀਅਰ ਇਨ ਦਾ ਡੈਸ਼ ਸਰਜਰੀ ਕਿ ਡਾਕਟਰ ਬਰਨਰ ਸਰਜਰੀ ਦੇ ਖੇਤਰ ਦੇ ਵਿੱਚ ਡੈਸ਼ ਵਾਲੇ ਖੇਤਰ ਦੇ ਵਿੱਚ ਪਾਇਨੀ ਸੀਗੇ ਪਾਇਨੀ ਦਾ ਮਤਲਬ ਜਿਹੜੇ ਅੱਗੇ ਲਾ ਕੇ ਕੰਮ ਕਰਦੇ ਆ ਉਸ ਨੂੰ ਆਪਾਂ ਪਾਇਨੀ ਕਹਿੰਦੇ ਆ ਤਾਂ ਬੱਚੇ ਤੁਹਾਨੂੰ ਪਤਾ ਹੈ ਕਿ ਤੁਸੀਂ ਜਦੋਂ ਵੀ ਡਾਕਟਰ ਕ੍ਰਿਸਚੀਨ ਬਰਨਰ ਦਾ ਨਾਮ ਆਏਗਾ ਤਾਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਇੱਕ ਵਰਡ ਯਾਦ ਰੱਖਣਾ ਹੈ ਉਹ ਹੈ ਹਾਰਟ ਦਿਲ ਠੀਕ ਹੈ ਤਾਂ ਉਹ ਤਾਂ ਤੁਸੀਂ ਗਾਣਿਆਂ 'ਚ ਬੜਾ ਇਹਨੂੰ ਸੁਣਦੇ ਹੋ ਬਟ ਆਹ ਵਾਲੇ ਚੈਪਟਰ ਦੇ ਵਿੱਚ ਤੁਸੀਂ ਹਾਰਟ ਯਾਦ ਰੱਖਣਾ ਹੈ ਤਾਂ ਜਿੱਥੇ ਵੀ ਹਾਰਟ ਆ ਗਿਆ ਉੱਥੇ ਡਾਕਟਰ ਬਰਨਰ ਦੇ ਨਾਲ ਤੁਸੀਂ ਉਹਨੂੰ ਐਸੋਸੀਏਟ ਕਰਨਾ ਤਾਂ ਆਨਸਰ ਕੀ ਹੈ ਜੀ ਸਾਡਾ ਹਾਰਟ ਟ੍ਰਾਂਸਪਲੈਂਟ ਹਾਰਟ ਟ੍ਰਾਂਸਪਲੈਂਟ ਦਾ ਮਤਲਬ ਹੁੰਦਾ ਹੈ ਕਿ ਜਦੋਂ ਸਿ ਇੱਕ ਦਿਲ ਦੂਸਰੇ ਇਨਸਾਨ ਦੇ ਦਿਲ ਦੇ ਵਿੱਚ ਪਾਣਿਆ ਆਪਾਂ ਤਾਂ ਨਹੀਂ ਪਾਉਂਦੇ ਡਾਕਟਰ ਲੋਕ ਪਾਉਂਦੇ 6th ਹੈ ਡਾਕਟਰ ਬਰਨਰਡ ਕਨਸੀਡਰਡ ਦਾ ਸਫਰਿੰਗ ਆਫ ਦਾ ਚਿਲਡਰਨ ਹਾਰਟ ਬ੍ਰੇਕਿੰਗ ਬਿਕੋਜ਼ ਆਫ देयर ਟੋਟਲ ਡੈਸ਼ ਇਨ ਦਾ ਡਾਕਟਰ ਦੇਖੋ ਲਾਈਨ ਕਿੱਡੀ ਵੱਡੀ ਹੈ ਲੇਕਿਨ ਆਨਸਰ ਬਹੁਤ ਹੀ ਛੋਟਾ ਹੈ ਪਹਿਲਾ ਲਾਈਨ ਸਮਝੋ ਕਿ ਡਾਕਟਰ ਬਰਨਰਡ ਇਹ ਮੰਨਦੇ ਸੀ ਕਿ ਜਿਹੜੇ ਬੱਚਿਆਂ ਦੀ ਸਫਰਿੰਗਸ ਹੈ ਉਹ ਹਾਰਟ ਬ੍ਰੇਕਿੰਗ ਹੁੰਦੀ ਹੈ ਹਾਰਟ ਬ੍ਰੇਕਿੰਗ ਦਾ ਮਤਲਬ ਦਿਲ ਤੋੜਨ ਵਾਲੀ ਹੁੰਦੀ ਹੈ ਕਿਉਂਕਿ ਉਹ ਡਾਕਟਰਾਂ ਦੇ ਵਿੱਚ ਪੂਰਾ ਡੈਸ਼ ਕਰਦੇ ਨੇ ਛੋਟਾ ਬੱਚਾ ਹੁੰਦਾ ਨਾ ਮੰਨ ਲਓ ਬਿਮਾਰ ਹੋ ਜਾਂਦਾ ਆਪਾਂ ਉਹਨੂੰ ਡਾਕਟਰ ਕੋਲ ਲੈ ਜਾਂਦੇ ਆ ਉਹਨੂੰ ਹੁੰਦਾ ਹੈ ਕਿ ਮੈਂ ਠੀਕ ਹੋ ਜਾਵਾਂ ਕਿਉਂਕਿ ਮੈਂ ਹੁਣ ਡਾਕਟਰ ਕੋਲ ਆ ਗਿਆ ਵੱਡੇ ਕਿਸੇ ਇਨਸਾਨ ਨੂੰ ਹੋਵੇ ਨਾ ਹੋਵੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ ਉਹ ਡਾਕਟਰ ਤੇ ਬਹੁਤ ਫੇਥ ਕਰਦੇ ਤਾਂ ਇੱਥੇ ਤੁਸੀਂ ਜਿਹੜਾ ਵਰਡ ਪਾਣਾ ਹੈ ਉਹ ਜਾਂ ਤਾਂ ਟਰਸਟ ਪਾ ਲੋ ਜਾਂ ਫੇਥ ਪਾ ਲੋ ਇੱਕੋ ਚੀਜ਼ ਹੈ ਤਾਂ ٹرسٹ ਕਿਉਂਕਿ ਚੈਪਟਰ ਚ ਪਿਆ ਤਾਂ ਤੁਸੀਂ ٹرسٹ ਪਾਸ ਆ ਜਾਓ ٹرسٹ ਦਾ ਮਤਲਬ ਵਿਸ਼ਵਾਸ ਤਾਂ ਤੁਮਾ ਹੈ ਜੀ ਕਿ ਡਾਕਟਰ ਬਰਨਰਡ ਸਫਰਡ ਫਰੋਮ ਬ੍ਰੋਕਨ ਲੈਗਸ ਕਿ ਜਦੋਂ ਐਕਸੀਡੈਂਟ ਹੋਇਆ ਸੀ ਉਹਦੀ ਗੱਲ ਹੈ ਕਿ ਡਾਕਟਰ ਬਰਨਰਡ ਦੀਆਂ ਲੱਤਾਂ ਟੁੱਟੀਆਂ ਸੀ ਨਹੀਂ ਬੇਟਾ ਲੈਗਸ ਨਹੀਂ ਸੀ ਟੁੱਟੀਆਂ ਉਹਨਾਂ ਦੀਆਂ ਰਿਬਸ ਟੁੱਟੀਆਂ ਸੀਗੀਆਂ ਰਿਬ ਦਾ ਮਤਲਬ ਪਸਲੀਆਂ ਤਾਂ ਇਸ ਕਰਕੇ ਅਸੀਂ ਇਸ ਨੂੰ ਕਹਾਂਗੇ ਪਾਲਸ ਇਹ ਫਾਲਸ ਹੈ ਜੀ ਲੈਗਸ ਦੀ ਕੋਈ ਪ੍ਰੋਬਲਮ ਨਹੀਂ ਐਸੀ ਯਾਦ ਕਰਿਓ ਨਾ ਤੇ ਜਿਹੜੇ ਵਾਈਫ ਸੀਗੇ ਉਹਨਾਂ ਦਾ ਸ਼ੋਲਡਰ ਫ੍ਰੈਕਚਰ ਹੋਇਆ ਸੀ ਇਹਨਾਂ ਦੀਆਂ ਰਿਬਸ ਫ੍ਰੈਕਚਰ ਟੁੱਟੀਆਂ ਸੀ ਅੱਠਵਾਂ ਹੈ ਦਾ ਰਾਈਟਰ ਲਰਨਟ ਏਨ ਇੰਪੋਰਟੈਂਟ ਲੈਸਨ ਅਬਾਊਟ ਲਾਈਫ ਫਰਮ ਦਾ ਟੂ ਬਾਇਜ਼ ਇੰਪੋਰਟੈਂਟ ਹੈ ਕਿ ਰਾਈਟਰ ਨੇ ਦੋਨੇ ਲੜਕਿਆਂ ਤੋਂ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਸਬਕ ਲਿਆ ਛੋਟੇ ਬੱਚਿਆਂ ਨੇ ਉਸ ਨੂੰ ਜ਼ਿੰਦਗੀ ਦਾ ਇੱਕ ਸਬਕ ਸਿਖਾਇਆ ਬਿਲਕੁਲ ਸਹੀ ਹੈ ਜੀ ਟਰੂ ਹੈ ਪਹਿਲਾਂ ਤਾਂ ਦੇਖੋ ਪੂਰਾ ਚੈਪਟਰ ਹੀ ਬੜਾ ਨੈਗੇਟਿਵ ਸੀਗਾ ਕਿ ਜ਼ਿੰਦਗੀ ਤਾਂ ਬੜੀ ਔਖੀ ਹੈ ਇਹ ਹੈ ਉਹ ਹੈ ਬੜੀਆਂ ਨੈਗੇਟਿਵ ਜੀਆਂ ਗੱਲਾਂ ਨਾਲ ਨਾ ਚੈਪਟਰ ਸਟਾਰਟ ਹੁੰਦਾ ਹੈ ਕੇ ਬੱਚੇ ਐਨੇ ਜਨਮ ਲੈਂਦੇ ਆ ਐਨੇ ਮਰ ਜਾਂਦੇ ਆ ਸ਼ੁਰੂ ਚ ਤਾਂ ਨਾ ਜਦੋਂ ਅਸੀਂ ਚੈਪਟਰ ਪੜ੍ਹਾਣੇ ਆ ਸਗੋਂ ਮੈਂ ਪੜ੍ਹਾਣਾ ਬੱਚਿਆਂ ਨੂੰ ਹਮੇਸ਼ਾ ਤਾਂ ਉਹ ਇੰਟਰਸਟ ਜਾਂ ਘੱਟ ਲੈਂਦੇ ਆ ਚੈਪਟਰ ਚ ਕਿਉਂਕਿ ਨੈਗੇਟਿਵ ਜੀਆਂ ਗੱਲਾਂ ਆਉਂਦੀਆਂ ਹਰ ਜਗ੍ਹਾ ਕਦੇ ਐਕਸੀਡੈਂਟ ਦਾ ਜ਼ਿਕਰ ਆ ਗਿਆ ਕਦੇ ਕਿਸੇ ਬੱਚੇ ਦਾ ਆ ਗਿਆ ਕਦੇ ਤੁਹਾਨੂੰ ਪਤਾ ਬੇਟਾ ਡਾਕਟਰ ਕ੍ਰਿਸਚਨ ਬਰਨਰ ਦੇ ਬ੍ਰਦਰ ਸੀਗੇ ਇਹਨਾਂ ਤੋਂ ਵੱਡੇ ਸੀਗੇ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਸੀਗੀ ਉਹ ਬਿਸਕਟ ਵਾਲੀ ਗੱਲ ਹੈ ਉਹ ਆ ਗਿਆ ਸੀਗਾ ਤਾਂ ਬੜੀ ਨੈਗੇਟਿਵ ਜੀਆਂ ਗੱਲਾਂ ਆਉਂਦੀਆਂ ਦਾ ਮਤਲਬ ਐਨ ਲੱਗਦਾ ਵੀ ਦੇਖੋ ਕਿਦਾਂ ਦਾ ਪੈਸੀਮਿਸਟਿਕ ਜਿਹਾ ਚੈਪਟਰ ਹੈ ਲੇਕਿਨ ਬੇਟਾ ਜਦੋਂ ਆਪਾਂ ਚੈਪਟਰ ਦੇ ਐਂਡ ਤੇ ਆਨੇ ਉਹ ਜਿਹੜੀ ਗ੍ਰੈਂਡ ਪ੍ਰਿਕਸ ਵਾਲੀ ਘਟਨਾ ਹੁੰਦੀ ਹੈ ਤਾਂ ਉਹ ਫੇਰ ਸੁਣ ਕੇ ਪਤਾ ਲੱਗਦਾ ਵੀ ਦੇਖੋ ਵੀ ਬਾਕੀ ਜ਼ਿੰਦਗੀ ਚ ਜੇ ਬੰਦੇ ਆਪਾਂ ਇੰਜੋਏ ਕਰਨਾ ਹੋਵੇ ਤਾਂ ਕਰ ਸਕਦੇ ਆ ਦੁਖੀ ਤੋਂ ਦੁਖੀ ਇਨਸਾਨ ਵੀ ਜ਼ਿੰਦਗੀ ਇੰਜੋਏ ਕਰ ਸਕਦਾ ਹੈ ਬਸ ਇੱਕ ਮਨ ਦੇ ਵਿੱਚ ਚਾਹ ਹੋਣੀ ਚਾਹੀਦੀ ਹੈ 9th ਕੁਐਸਚਨ ਹੈ ਜੀ ਕਿ ਡਾਕਟਰ ਬਨਰਡਸ ਵਾਈਫ ਵਾਸ ਹਿੱਟ ਬਾਈ ਅ ਡੈਸ਼ ਵਾਈਲ ਕ੍ਰੋਸਿੰਗ ਦਾ ਰੋਡ ਦੇਖੋ બસ ਕਾਰ ਟਰੱਕ ਬਾਈਕ ਹੁਣ ਜਿਨੇ ਚੈਪਟਰ ਨਹੀਂ ਪੜਿਆ ਉਹ ਟਰੱਕ ਤੇ ਲਾ ਦੂ ਬਾਈਕ ਤੇ ਲਾ ਦੂ ਬਸ ਤੇ ਲਾ ਦੂ ਬਟ ਐਕਚੁਅਲੀ ਆਨਸਰ ਕੀ ਹੈ ਜੀ ਕਾਰ ਕਾਰ ਨੇ ਹਿੱਟ ਕੀਤਾ ਸੀਗਾ ਉਹਨਾਂ ਨੂੰ ਦਸਵਾ ਹੈ ਜੀ ਇਹ ਬੜਾ ਇੰਪੋਰਟੈਂਟ ਹੈ ਕਿ ਸਫਰਿੰਗ ਇਨੋਬਲਸ ਯੂ ਮੇਕਸ ਯੂ ਅ ਬੈਟਰ ਪਰਸਨ ਹੂ ਸੈਡ ਥੀਸ ਵਰਡਸ ਸਫਰਿੰਗ ਤੁਹਾਨੂੰ ਨੇਕ ਬਣਾਉਂਦੀ ਹੈ ਦੁੱਖ ਤੁਹਾਨੂੰ ਨੇਕ ਬਣਾਉਂਦੇ ਨੇ ਅਤੇ ਤੁਹਾਨੂੰ ਬੈਟਰ ਪਰਸਨ ਬਣਾਉਂਦੇ ਨੇ ਇਹ ਸ਼ਬਦ ਕਿਸ ਨੇ ਕਹੇ ਤਾ ਦੇਖੋ ਰਾਈਟਰਜ਼ ਫਾਦਰ ਮਦਰ ਬ੍ਰਦਰ ਵਾਈਫ ਹਾਲਾਂਕਿ ਵਾਈਫ ਦਾ ਵੀ ਜ਼ਿਕਰ ਹੋਇਆ ਹੈ ਚੈਪਟਰ ਚ ਉਹਨਾਂ ਦੇ ਬ੍ਰਦਰ ਦਾ ਵੀ ਜ਼ਿਕਰ ਹੋਇਆ ਹੈ ਮਦਰ ਦਾ ਜ਼ਿਕਰ ਨਹੀਂ ਹੋਇਆ ਚੈਪਟਰ ਚ ਫਾਦਰ ਦਾ ਜ਼ਿਕਰ ਹੋਇਆ ਪਰ ਇਹ ਸ਼ਬਦ ਕਿਸ ਨੇ ਬੋਲੇ ਹੈ ਰਾਈਟਰ ਦੇ ਫਾਦਰ ਨੇ ਤਾਂ ਸਟੂਡੈਂਟਸ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੈਂ ਨਾ ਜਿਹੜਾ ਤੁਹਾਨੂੰ ਇਹ ਵਾਲੇ ਚੈਪਟਰ ਦੇ ਵੀਡੀਓਜ਼ ਪਾਇ ਸੀ ਉਸ ਵੀਡੀਓਜ਼ ਦੇ ਨਾਲ ਇੱਕ ਮੈਂ ਤੁਹਾਨੂੰ ਕੁਇਜ਼ ਨਹੀਂ ਪਾਇਆ ਸੀ ਉਸ ਕੁਇਜ਼ ਦੇ ਵਿੱਚ ਵੀ ਇਹ ਵਾਲਾ ਕੁਐਸਚਨ ਹੈ ਤਾਂ ਦੱਸ ਮੈਂ ਉਹ ਵੀ オਬਜੈਕਟਿਵ ਟਾਈਪ ਕੁਐਸਚਨਸ ਪੈ ਨੇ ਜੇ ਟਾਈਮ ਮਿਲਿਆ ਤਾਂ ਉਹਨਾਂ ਨੂੰ ਵੀ ਇੱਕ ਵਾਰੀ ਰੀਡ ਕਰਕੇ ਦੇਖ ਲਿਓ ਉਹ ਤਾਂ ਤੁਸੀਂ ਸਬਮਿਟ ਕਰ ਦਿਓ ਵੈਸੇ ਉਹਦੇ ਆਨਸਰਸ ਤਾਂ ਸਬਮਿਸ਼ਨ ਕਰ ਦਿਓ ਉਸ ਕੁਇਜ਼ ਦੀ ਉਹਦੇ ਵਿੱਚ ਵੀ ਇਹ ਕੁਐਸਚਨ ਪਿਆ ਹੋਇਆ ਹੈ ਮੈਂ ਕਈਆਂ ਦੇ ਬਣਾਏ ਹੋਏ ਆ ਅੱਗੇ ਹੈ ਜੀ ਦਾ ਬਲਾਈਂਡ ਮਕੈਨਿਕ ਪ੍ਰੋਵਾਈਡਡ ਪਾਵਰ ਟੂ ਦਾ ਮੋਟਰ ਐਂਡ ਦਾ ਡਰਾਈਵਰ ਸਟੀਅਰਡ ਥੈਟ ਵਿਦ ਵਨ ਆਰਮ ਇੰਪੋਰਟੈਂਟ ਹੈ ਜੀ ਕਿ ਜਿਹੜਾ ਬਲਾਈਂਡ ਮਕੈਨਿਕ ਸੀਗਾ ਉਹ ਮੋਟਰ ਦੇ ਵਾਂਗੂ ਪਾਵਰ ਦੇ ਰਿਹਾ ਸੀਗਾ ਟਰਾਲੀ ਨੂੰ ਅਤੇ ਜਿਹੜਾ ਡਰਾਈਵਰ ਸੀਗਾ ਉਹ ਇੱਕ ਬਾਹ ਦੇ ਨਾਲ ਉਸ ਨੂੰ ਸਟੀਅਰ ਕਰ ਰਿਹਾ ਸੀ ਮਤਲਬ ਕਿ ਜਿਵੇਂ ਆਪਾਂ ਕਾਰ ਚਲਾਉਂਦੇ ਆ ਦੋ ਆਪਾਂ ਦਾ ਦੋ ਹੈਂਡਸ ਦੇ ਨਾਲ ਕਾਰ ਦਾ ਸਟੀਅਰ ਘੁਮਾਉਂਦੇ ਆ ਉਹ ਇੱਕੋ ਹੱਥ ਦੇ ਨਾਲ ਸਟੀਅਰਿੰਗ ਕਰ ਰਿਹਾ ਸੀ ਬਿਲਕੁਲ ਸਹੀ ਹੈ ਜੀ ਕਿਉਂਕਿ ਤੁਹਾਨੂੰ ਪਤਾ ਹੈ ਟਰਾਲੀ ਨੂੰ ਰੋੜ ਕੇ ੱਤਕਾ ਲਾ ਕੇ ਕੌਣ ਲੈ ਕੇ ਜਾ ਰਿਹਾ ਸੀ ਮਕੈਨਿਕ ਤੇ ਉਹ ਆਪਣੀ ਇੱਕੋ ਬਾਹ ਦੇ ਨਾਲ ਤੇ ਵਿਧੀ ਹੈਲਪ ਆਫ ਲੈਗਡੇ ਨਾਲ ਉਸ ਨੂੰ ਕੀ ਕਰ ਰਿਹਾ ਸੀਗਾ ਸਟੇਅਰਿੰਗ ਕਰ ਰਿਹਾ ਸੀਗਾ ਇਸ ਦਾ ਆਨਸਰ ਬਿਲਕੁਲ ਸਹੀ ਹੈ ਟਰੂ ਹੈ ði writer of this story was inspired by dash brave youngsters ਕਿ ਜਿਹੜਾ ਇਸ ਸਟੋਰੀ ਦਾ ਰਾਈਟਰ ਹੈ ਉਹ ਇਨਸਪਾਇਰ ਹੋਇਆ ਉਤਸ਼ਾਹਿਤ ਹੋਇਆ ਕਿਵੇਂ ਉਸ ਨੂੰ ਪ੍ਰੇਰਣਾ ਮਿਲੀ 2 brave youngsters youngsters ਮਤਲਬ ਛੋਟੇ ਬੱਚੇ ਛੋਟੇ ਬੱਚਿਆਂ ਨਾਲ ਤਾਂ ਅਸੀਂ ਇੱਥੇ ਆਨਸਰ ਕੀ ਪਾਵਾਂਗੇ 2 ਨੂੰ ਦੇਖੋ ਇੱਥੇ 2 ਵੀ ਹੈ 3 ਵੀ ਹੈ 5 ਵੀ ਹੈ 4 ਵੀ ਹੈ لیکن ਇਹ ਤਾਂ ਉਹਨੂੰ ਹੀ ਪਤਾ ਹੈ ਜਿਸ ਨੇ ਚੈਪਟਰ ਚੰਗੀ ਤਰ੍ਹਾਂ ਪੜ੍ਹਿਆ ਕਿ ਆਨਸਰ ਕੀ ਆਊਗਾ ਤੇ ਜਿਨੇ ਦੀਪਕ ਸਰ ਦੀ ਕਲਾਸ ਲਈ ਹੈ ਬਾਕੀ ਦਾ ਤੁਕੇਲਾ ਕਰਨਗੇ 13th those who have a dash attitude in life move forward in spite of physical suffering ਇਹ ਵੀ ਇੰਪੋਰਟੈਂਟ ਹੈ ਜੀ ਕਿ ਉਹ ਇਨਸਾਨ ਜਿਨ੍ਹਾਂ ਦਾ ਜ਼ਿੰਦਗੀ ਦੇ ਪ੍ਰਤੀ ਡੈਸ਼ ਐਟੀਟਿਊਡ ਹੈ ਉਹ ਅੱਗੇ ਵਧਦੇ ਨੇ ਚਾਹੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀਆਂ ਫਿਜ਼ੀਕਲ ਸਫਰਿੰਗਸ ਹੋਣੀਆਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਦੁੱਖ ਹੁੰਦਾ ਲੇਕਿਨ ਉਹਨਾਂ ਦਾ ਜਿਹੜਾ ਐਟੀਟਿਊਡ ਹੈ ਉਹ ਜੀ ਜ਼ਿੰਦਗੀ ਦੇ ਪ੍ਰਤੀ ਪੋਜ਼ਿਟਿਵ ਹੈ ਹਾਂ ਪੱਕੀ ਹੈ ਫਿਰ ਉਹ ਅੱਗੇ ਵਧਦੇ ਨੇ ਨਹੀਂ ਤਾਂ ਉਹ ਸਾਰੇ ਹੀ ਮਰੂ ਮਰੂ ਕਰੀ ਜਾਂਦੇ ਨੇ ਤਾਂ ਇਸ ਕਰਕੇ ਅਸੀਂ ਇੱਥੇ ਲਿਖਾਂਗੇ ਜੀ ਪੋਜ਼ਿਟਿਵ ਕਿ ਜ਼ਿੰਦਗੀ ਦੇ ਪ੍ਰਤੀ ਹਮੇਸ਼ਾ ਪੋਜ਼ਿਟਿਵ ਐਟੀਟਿਊਡ ਬੰਦੇ ਦਾ ਹੋਣਾ ਚਾਹੀਦਾ 14th ਕੁਐਸਚਨ ਹੈ ਜੀ ਕਿ ਫਿਲ ਇਨ ਦਾ ਬਲੈਂਕ ਹੈ ਕਿ ਡੈਸ਼ ਪੀਪਲ ਡਿਫਾਈ ਆਲ ਪੇਨ ਐਂਡ ਸੈਟ ਐਨ ਐਗਜ਼ਾਮਪਲ ਫੋਰ ਅਦਰਸ ਕਿ ਡੈਸ਼ ਪੀਪਲ ਕਿ ਐਦਾਂ ਦੇ ਲੋਕ ਡਿਫਾਈ ਨਹੀਂ ਮੰਨਦੇ ਡਿਫਾਈ ਦਾ ਮਤਲਬ ਹੁੰਦਾ ਨਹੀਂ ਜਿਸ ਨੂੰ ਆਪਾਂ ਇਗਨੋਰ ਕਰਦੇ ਆ ਜਿਸ ਨੂੰ ਆਪਾਂ ਨਹੀਂ ਮੰਨਦੇ ਕਿ ਉਹ ਹਰ ਤਰ੍ਹਾਂ ਦੀ ਪੇਨ ਨੂੰ ਡਿਫਾਈ ਕਰਦੇ ਨੇ ਨਹੀਂ ਮੰਨਦੇ ਅਤੇ ਦੂਜਿਆਂ ਦੇ ਲਈ ਐਗਜ਼ਾਮਪਲ ਬਣਦੇ ਨੇ ਕਿਦਾਂ ਦੇ ਲੋਕ ਜੀ ਸਿੰਪਲ ਆਨਸਰ ਬਰੇਵ ਬਹਾਦਰ ਲੋਕ ਉਹ ਲੋਕ ਜੋ ਜ਼ਿੰਦਗੀ ਦੇ ਪ੍ਰਤੀ ਪੋਜ਼ਿਟਿਵ ਐਟੀਟਿਊਡ ਰੱਖਦੇ ਨੇ ਅਤੇ ਬਰੇਵ ਹੁੰਦੇ ਨੇ ਦਾ ਰਾਈਟਰਸ ਬ੍ਰਦਰ ਸਫਰਡ ਫਰੋਮ ਐਂਡ ਡੈਸ਼ ਇਹ ਲਾਈਨ ਆਪਾਂ ਬੇਟਾ ਉਦੋਂ ਵਿੱਚ ਵੀ ਲਿਖੀ ਹੋਈ ਹੈ ਲੌਂਗ ਅਨਸਰ ਟਾਈਪ ਦੇ ਵਿੱਚ ਵੀ ਕੁਐਸਚਨ ਚ ਲਿਖੀ ਹੋਈ ਹੈ ਕਿ ਜਿਹੜੇ ਰਾਈਟਰ ਦੇ ਬ੍ਰਦਰ ਹੈ ਉਹ ਐਬਨਾਰਮਲ ਹਾਰਟ ਦੇ ਨਾਲ ਪੀੜਿਤ ਸੀਗੇ ਉਹਨਾਂ ਦਾ ਹਾਰਟ ਪ੍ਰੋਪਰ ਕੰਮ ਨਹੀਂ ਕਰਦਾ ਸੀ ਉਹਨਾਂ ਦੇ ਹਾਰਟ ਦੇ ਵਿੱਚ ਹੋਲ ਸੀਗਾ ਐਬਨਾਰਮਲ ਹਾਰਟ ਸੀਗਾ ਉਹਨਾਂ ਦਾ ਕਿ ਉਸ ਟਾਈਮ ਤੁਹਾਨੂੰ ਪਤਾ ਹੈ ਕਿ ਸਫਿਸਟੀਕੇਟਿਡ ਸਰਜਰੀ ਨਹੀਂ ਸੀ ਜਿਸ ਕਰਕੇ ਉਹਨਾਂ ਦਾ ਇਲਾਜ ਨਹੀਂ ਹੋ ਪਾਇਆ ਅਤੇ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੀ ਡੈਥ ਤੋਂ ਬਾਅਦ ਹੀ ਰਾਈਟਰ ਹੈ ਜਿਹੜੇ ਉਹ ਇਹ ਨਿਸ਼ਚਾ ਕਰਦੇ ਆ ਕਿ ਮੇਰੇ ਬ੍ਰਦਰ ਨੂੰ ਤਾਂ ਨਹੀਂ ਕੋਈ ਬਚਾ ਸਕਿਆ ਲੇਕਿਨ ਆਣ ਵਾਲੇ ਇਨਸਾਨਾਂ ਨੂੰ ਜਿਨ੍ਹਾਂ ਦੇ ਹਾਰਟ ਦੇ ਵਿੱਚ ਕੋਈ ਦਿੱਕਤ ਆਊਗੀ ਉਹਨਾਂ ਨੂੰ ਮੈਂ ਬਚਾਊਂਗਾ ਐਸੇ ਕਰਕੇ ਉਹ ਫਿਰ ਕੀ ਬਣੇ ਸੀ ਜੀ ਹਾਰਟ ਦੇ ਡਾਕਟਰ ਸੋਲਮਨ ਦਾ ਡਾਕਟਰ ਹੈਡ ਕਲੋਜ਼ਡ ਅ ਡੈਸ਼ ਇਨ ਦਾ ਹਾਰਟ ਆਫ ਟ੍ਰੋਲੀਜ਼ ਡਰਾਈਵਰ ਉਹਨੇ ਜਿਹੜਾ ਦੋ ਬੱਚੇ ਸੀਗੇ ਨਾ ਜਿਨ੍ਹਾਂ ਦੇ ਵਿੱਚੋਂ ਇੱਕ ਮਕੈਨਿਕ ਬਣਿਆ ਸੀ ਤੇ ਇੱਕ ਡਰਾਈਵਰ ਬਣਿਆ ਸੀ ਯਾਦ ਰੱਖਣਾ ਬੇਟਾ ਕਿ ਜਿਹੜਾ ਮਕੈਨਿਕ ਸੀਗਾ ਉਹ ਬਲਾਈਂਡ ਸੀਗਾ ਤੇ ਉਹ ਬਲਾਈਂਡ ਕਿਉਂ ਆਇਆ ਸੀ ਆਪਣੇ ਮਾਪੇ ਦੇ ਝਗੜੇ ਕਰਕੇ ਤੁਹਾਨੂੰ ਯਾਦ ਹੈ ਨਾ ਉਹ ਲਾਲ ਟਿਨ ਅਲੀ ਗੱਲ ਉਹ ਸਾਰਾ ਤੇਲ ਉਹਦੇ ਤੇ ਡੁੱਲ ਗਿਆ ਸੀ ਇਸ ਕਰਕੇ ਅੱਖਾਂ ਸਾਰੀਆਂ ਜਲ ਗਈਆਂ ਸੀ ਇੱਕ ਹਾਰਰ ਬਣ ਗਿਆ ਸੀਗਾ ਵਾਕਿੰਗ ਹਾਰਰ ਸ਼ਬਦ ਆਇਆ ਸੀ ਨਾ ਚੈਪਟਰ ਚ ਵਾਕਿੰਗ ਹਾਰਰ ਬਣ ਗਿਆ ਸੀਗਾ ਤੇ ਜਿਹੜਾ ਦੂਸਰਾ ਸੀਗਾ ਨਾ ਜੋ ਕਿ ਡਰਾਈਵਰ ਸੀਗਾ ਜੋ ਜਿਸਦੀ ਇੱਕ ਬਾਹ ਸੀ ਉਸ ਦਾ ਪਹਿਲਾ ਆਪਰੇਸ਼ਨ ਡਾਕਟਰ ਸਾਹਿਬ ਨੇ ਕਰਿਆ ਹੋਇਆ ਸੀ ਬਰਨਰਡ ਸ਼ਾ ਨੇ ਕਿਵੇਂ ਕਿਉਂਕਿ ਉਸ ਦੇ ਹਾਰਟ ਦੇ ਵਿੱਚ ਹੋਲ ਸੀਗਾ ਹਾਰਟ ਚ ਉਸ ਨੂੰ ਪ੍ਰੋਬਲਮ ਸੀ ਤੇ ਇਸ ਕਰਕੇ ਛੇਕ ਸੀਗਾ ਹੋਲ ਦਾ ਮਤਲਬ ਹੁੰਦਾ ਹੈ ਜੀ ਸੁਰਾਖ ਉਸ ਨੂੰ ਉਹਨਾਂ ਨੇ ਬੰਦ ਕਰਿਆ ਸੀ 17ਵਾਂ ਹੈ ਜੀ ਦਾ ਮਕੈਨਿਕ ਵਾਸ ਡੈਸ਼ ਇਅਰਜ਼ 올ਡ ਉਹਨੂੰ ਜਿਹੜਾ ਮਕੈਨਿਕ ਹੈ ਜੋ ਬਲਾਈਂਡ ਪਰਸਨ ਹੈ ਜੋ ਕਿ ਟਰਾਲੀ ਨੂੰ ਧੱਕਾ ਦੇ ਰਿਹਾ ਉਹ ਕਿੰਨੇ ਸਾਲ ਦਾ ਹੈ ਸਿਰਫ 7 ਸਾਲ ਦਾ ਦੇਖੋ ਸਿਰਫ 7 ਸਾਲ ਦਾ ਤੇ ਵਾਕਿੰਗ ਹੋ ਰਹਾ ਹੈ ਉਹ 18ਵਾਂ ਦਾ ਸ਼ੋਲਡਰ ਐਂਡ ਦੀ ਆਰਮ ਆਫ ਦਾ ਟਰਾਲੀ ਡਰਾਈਵਰ ਵਰ ਕੀ ਸਿਗੇ ਜੀ ਕਿ ਟਰਾਲੀ ਡਰਾਈਵਰ ਦਾ ਜਿਹੜਾ ਸ਼ੋਲਡਰ ਸੀ ਅਤੇ ਉਸ ਦੀ ਬਾਹਾਂ ਸੀ ਉਹ ਕੀ ਹੋ ਗਏ ਸੀਗੇ ਤੁਹਾਨੂੰ ਯਾਦ ਹੈ ਨਾ ਬਟਾ ਕਿ ਉਸਦੇ ਇਨਫੈਕਸ਼ਨ ਹੋ ਗਈ ਸੀ ਬਹੁਤ ਜ਼ਿਆਦਾ ਇਨਫੈਕਸ਼ਨ ਹੋਣ ਕਰਕੇ ਉਹ ਜਿਹੜਾ ਡਰਾਇਵਰ ਸੀ ਜੋ ਇੱਕ ਬਾਹ ਸੀਗੀ ਜਿਸ ਦੀ ਇੱਕ ਬਾਹ ਸੀ ਐਕਚੁਅਲੀ ਉਸ ਦੀਆਂ ਜਨਮ ਤੋਂ ਦੋਨੇ ਬਾਹਾਂ ਸੀਗੀਆਂ ਲੇਕਿਨ ਕਿਉਂਕਿ ਇਨਫੈਕਸ਼ਨ ਦੇ ਕਰਕੇ ਇਨਫੈਕਸ਼ਨ ਹੋਰ ਨਾ ਵਧੇ ਤਾਂ ਟਿਊਮਰ ਹੋ ਗਿਆ ਸੀਗਾ ਨਾ ਉਹ ਟਿਊਮਰ ਨੂੰ ਨਾ ਮਤਲਬ ਕਿ ਉਸ ਦੀ ਰੋਕਥਾਮ ਦੇ ਲਈ ਇੱਕ ਬਾਹ ਉਸ ਦੀ ਕਟਣੀ ਪਈ ਸੀ ਐਮਪਿਊਟੇਟਿਡ ਕਹਿੰਦੇ ਆ ਬੇਟਾ ਇਸ ਦੀ ਸਪੈਲਿੰਗ ਯਾਦ ਕਰ ਲਿਓ ਇਹਨੂੰ ਆਪਾਂ ਕਹਿੰਦੇ ਆ ਐਮਪਿਊਟੇਟਿਡ ਐਜ਼ ਅ ਡਾਕਟਰ ਦਾ ਰਾਈਟਰ ਫਾਊਂਡ ਦਾ ਸਫਰਿੰਗ ਆਫ ਚਿਲड्रन ਡੈਸ਼ ਇਹ ਪਹਿਲਾਂ ਵੀ ਆ ਚੁੱਕਿਆ ਕਿ ਡਾਕਟਰ ਵਜੋਂ ਜਿਹੜਾ ਰਾਈਟਰ ਹੈ ਉਹ ਬੱਚਿਆਂ ਦੇ ਦੁੱਖ ਦਰਦ ਨੂੰ ਕੀ ਮੰਨਦਾ ਸੀ ਹਾਰਟ ਬ੍ਰੇਕਿੰਗ ਦਿਲ ਤੋੜਨ ਵਾਲਾ ਮੰਨਦਾ ਸੀ ਕਿ ਬੱਚਿਆਂ ਨੂੰ ਦੁੱਖ ਨਹੀਂ ਆਣਾ ਚਾਹੀਦਾ ਦੇਖੋ ਵੱਡੇ ਇਨਸਾਨ ਹੁੰਦੇ ਆ ਉਹ ਦੁੱਖ ਨੂੰ ਸਹਿਨ ਕਰ ਲੈਂਦੇ ਆ ਹੁਣ ਛੋਟੇ ਬੱਚੇ ਦਾ ਹੀ ਆਪਰੇਸ਼ਨ ਹੋ ਜੇ ਹੁਣ 7 ਸਾਲਾਂ ਦੇ ਬੱਚੇ ਦਾ ਹਾਰਡ ਦਾ ਆਪਰੇਸ਼ਨ ਹੋ ਜੇ ਜਿਵੇਂ ਕਿ ਇਸ ਚੈਪਟਰ ਚ ਹੋਇਆ ਤਾਂ ਕਿੱਡੀ ਦੁੱਖ ਦੀ ਗੱਲ ਹੈ ਤੇ ਇਸ ਨੂੰ ਆਪਾਂ ਹਾਰਟ ਬ੍ਰੇਕਿੰਗ ਕਹਾਂਗੇ ਲਾਸਟ ਕੁਐਸਚਨ ਹੈ ਜੀ ਕਿ ਵਨ ਕੈਨ ਬੀ ਕਮ ਅ ਬੈਟਰ ਪਰਸਨ ਇਫ ਵਨ ਐਕਸਪੀਰੀਐਂਸਿਸ ਸਫਰਿੰਗ ਕਿ ਕੋਈ ਵੀ ਇਨਸਾਨ ਹੈ ਤੇ ਵੰਦਾ ਮਤਲਬ ਕਿਸੇ ਵੀ ਇਨਸਾਨ ਦੀ ਗੱਲ ਹੋ ਰਹੀ ਹੈ ਕਿ ਕੋਈ ਵੀ ਇਨਸਾਨ ਇੱਕ ਬੈਟਰ ਪਰਸਨ ਬਣ ਸਕਦਾ ਹੈ ਜੇਕਰ ਉਹ ਦੁੱਖਾਂ ਦਰਦਾਂ ਦਾ ਤਜਰਬਾ ਕਰਦਾ ਹੈ ਉਸ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਦਰਦ ਆਉਂਦੇ ਨੇ ਤਾਂ ਉਸ ਦੇ ਨਾਲ ਉਹ ਬੈਟਰ ਬਣਦਾ ਤਾਂ ਬਿਲਕੁਲ ਠੀਕ ਹੈ ਜੀ ਦੁੱਖਾਂ ਦਰਦਾਂ ਦੇ ਨਾਲ ਲੜ ਕੇ ਹੀ ਬੰਦਾ ਐਕਚੁਅਲੀ ਇਨਸਾਨ ਬਣਦਾ ਜਿਸ ਨੇ ਕਦੇ ਦੁੱਖ ਦੇਖਿਆ ਹੀ ਨਹੀਂ ਉਹਨੇ ਕੀ ਜ਼ਿੰਦਗੀ 'ਚ ਕਾਮਯਾਬ ਹੋਣਾ ਤਾਂ ਇਸ ਕਰਕੇ ਅਸੀਂ ਕਹਾਂਗੇ ਕਿ ਦੁੱਖ ਦਰਦਾਂ ਨਾਲ ਲੜ ਪੜ ਕੇ ਹੀ ਇਨਸਾਨ ਜਿਹੜਾ ਕਾਮਯਾਬ ਹੁੰਦਾ ਕਿਉਂਕਿ ਉਸ ਨੂੰ ਸਿੱਖ ਮਿਲਦੀ ਹੈ ਦੁਕਾਦਾਰ ਦਾ ਨੇੜਾ ਲੜਕੇ ਕਿ ਜ਼ਿੰਦਗੀ ਚ ਕਿਵੇਂ ਜਿਉਣਾ ਹੈ ਤਾਂ ਇਹ ਸੀਗੇ ਜੀ ਸਾਡੇ ਆਬਜੈਕਟਿਵ ਟਾਈਪ ਕੁਐਸਚਨ ਇਸ ਚੈਪਟਰ ਦੇ ਅੱਜ ਆਪਾਂ ਦੋ ਚੈਪਟਰ ਕੰਪਲੀਟ ਕੀਤੇ ਆਂ